विरोधियों की वो आदत पड़ गई है, उनको सिद्धू फोबिया हो गया है और बहुत से लोग अपनी टीआरपी बढ़ाने के लिए ऐसी बातें करते रहते हैं। सो ये मैं लगता है जो पॉलिटिकल पार्टियां हम दूसरे लीडर शामिल कराया करनगियां तो जरूर चेक करन कि लीडर सुलाबे ना हो, दागी ना हो। ये ठोस पटाके नहीं सन, वो पटाके वो सन जेडे के ओवर ओवर नहीं नहीं ओवर एंबिशियस सर जिन्हें गोदी मीडिया भी क्या जाता सी वो भी जी है केजरीवाल ਨੂੰ ਚਲੋ ਮੀਡੀਆ ਦਾ ਉਹ ਸਾਡੇ ਮਿੱਠੇ ਕੋੜੇ ਤਜਰਬੇ ਜਿਹੜੇ ਸੀਗੇ ਉਹਦੇ ਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਅੱਗੇ ਅਸੀਂ ਐਸੀ ਗਲਤੀਆਂ ਨਹੀਂ ਕਰਾਂਗੇ। ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਦਿੱਲੀ ਦੇ ਵਿੱਚ ਵੱਖ-ਵੱਖ ਸਰਵੇਖਣ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਾ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਲੀਡਰ ਹਾਲੇ ਵੀ ਬਿਆਨ ਦੇ ਰਹੇ ਨੇ ਕਿ ਹਰ ਹਾਲਤ 'ਚ ਸਰਕਾਰ ਸਾਡੀ ਬਣਨੀ ਹੈ। ਪਰ ਸਵਾਲ ਬਹੁਤ ਵੱਡਾ, ਜੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਜਿੱਤਦਾ ਤਾਂ ਕੀ ਇਹ ਕੇਜਰੀਵਾਲ ਦੀ ਜਿੱਤ ਅਤੇ ਨਰਿੰਦਰ ਮੋਦੀ ਦੀ ਹਾਰ ਹੋਏਗੀ ਜਾਂ ਕੇਜਰੀਵਾਲ ਦੀ ਜਿੱਤ ਹੋਏਗੀ ਅਤੇ ਭਾਜਪਾ ਦੀ ਹਾਰ ਹੋਏਗੀ? ਸਵਾਲ ਇਹ ਸਭ ਤੋਂ ਜ਼ਿਆਦਾ ਵੱਡੇ ਨੇ। ਭਾਵੇਂ ਨਰਿੰਦਰ ਮੋਦੀ ਨੇ ਸਿਰਫ ਦੋ ਰੈਲੀਆਂ ਕੀਤੀਆਂ ਨੇ, ਇੱਕ ਸ਼ੁਰੂ 'ਚ ਅਤੇ ਇੱਕ ਅਖੀਰ 'ਚ, ਪਰ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੇ ਨਾਂ 'ਤੇ ਪ੍ਰਚਾਰ ਕਰਦੀ ਰਹੀ ਹੈ। ਅੱਜ ਵੀ ਸੱਦਾ ਸੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ, ਪਰ ਕਿਸੇ ਵਜ੍ਹਾ ਕਰਕੇ ਉਹ ਪੁੱਜ ਨਹੀਂ ਸਕੇ। ਪਰ ਗੱਲਬਾਤ ਨੂੰ ਅਸੀਂ ਅੱਗੇ ਵਧਾਵਾਂਗੇ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਸਰਵੇਖਣਾਂ 'ਚ ਜਿੱਤ ਰਿਹਾ ਹੈ, ਅਗਰ ਨਤੀਜਿਆਂ 'ਚ ਜਿੱਤਦਾ ਤਾਂ ਫਿਰ ਪੰਜਾਬ 'ਚ ਅਸਰ ਕੀ ਪਊਗਾ ਅਤੇ ਕੀ ਜਿਹੜੀ ਰਣਨੀਤੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਦਿੱਲੀ 'ਚ ਅੱਗੇ ਵਧੀ, ਅਰਵਿੰਦ ਕੇਜਰੀਵਾਲ ਨੂੰ ਦਹਿਸ਼ਤਗਰਦ ਤੱਕ ਦੱਸਿਆ ਗਿਆ, ਆਤੰਕਵਾਦੀ ਹਿੰਦੀ ਦਾ ਸ਼ਬਦ ਹੈ ਇਹ ਦੱਸਿਆ ਗਿਆ, ਕੀ ਆਮ ਆਦਮੀ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਦੇ ਨਾਲ 2022 ਦੀਆਂ ਪੰਜਾਬ ਚੋਣਾਂ 'ਚ ਵੀ ਇਸੇ ਰਣਨੀਤੀ ਦੇ ਤਹਿਤ ਅਜਿਹਾ ਰਵੱਈਆ ਰੱਖੂਗੀ? ਇਹ ਸਾਰੇ ਬੜੇ ਅਹਿਮ ਸਵਾਲ ਨੇ, ਇਹਨਾਂ ਸਾਰਿਆਂ 'ਤੇ ਗੱਲਬਾਤ ਅੱਗੇ ਵਧਾਵਾਂਗੇ। ਸਟੂਡੀਓ 'ਚ ਪ੍ਰਮੁੱਖ ਧਿਰਾਂ ਦੇ ਨੁਮਾਇੰਦੇ ਮੇਰੇ ਨਾਲ ਮੌਜੂਦ ਨੇ, ਇਕਬਾਲ ਸਿੰਘ ਨੇ ਸਾਡੇ ਨਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ। ਇਕਬਾਲ ਸਿੰਘ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ। ਸਾਡੇ ਨਾਲ ਨੇ ਪਰਮਿੰਦਰ ਸਿੰਘ ਜੱਟਪੁਰੀ ਸਾਹਿਬ, ਸੀਨੀਅਰ ਪੱਤਰਕਾਰ ਨੇ, ਖਬਰਵਾਲੇ.com ਦੇ ਮੁੱਖ ਸੰਪਾਦਕ ਨੇ। ਸੋ ਖਬਰਵਾਲੇ.com ਤੁਸੀਂ ਜ਼ਰੂਰ ਖਬਰਾਂ ਦੇਖਦੇ ਹੋਵੋਗੇ। ਔਰ ਡਾਕਟਰ ਪਰਮਜੀਤ ਸਿੰਘ ਰਾਣੂ ਨੇ ਸਾਡੇ ਨਾਲ, ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਇਕਬਾਲ ਜੀ, ਸਵਾਲ ਤੁਹਾਡੇ ਅੱਗੇ ਹੈ, ਬੀਜੇਪੀ ਦੇ ਨੁਮਾਇੰਦੇ ਚਲੋ ਅੱਜ ਸਾਡੇ ਨਾਲ ਹੈ ਨਹੀਂ, ਪਰ ਪੱਤਰਕਾਰ ਪਰਮਿੰਦਰ ਜੱਟਪੁਰੀ ਸਾਡੇ ਨਾਲ ਨੇ। ਇਕਬਾਲ ਜੀ, ਸਰਵੇਖਣ ਜਿਹੜੇ ਆ ਰਹੇ ਨੇ ਦਿੱਲੀ 'ਚ, ਲਗਭਗ ਸਾਰੇ ਸਰਵੇਖਣ ਤੁਹਾਨੂੰ ਬਹੁਮਤ ਦਿਖਾ ਰਹੇ ਨੇ, ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ, ਟਾਰਗੇਟ ਤੁਸੀਂ 70 ਸੀਟਾਂ ਦਾ ਰੱਖਿਆ ਸੀ, ਕੀ ਇਹ ਮੰਨ ਲਈਏ ਕਿ ਬੀਜੇਪੀ ਦੀ ਰਣਨੀਤੀ ਕਾਮਯਾਬ ਰਹੀ, ਹੁਣ ਤੁਸੀਂ 70 ਸੀਟਾਂ ਆਉਣ ਦੀ ਗੱਲ ਨਹੀਂ ਕਰ ਰਹੇ, ਸੀਟਾਂ ਸਰਵੇਖਣ ਵੀ ਘੱਟ ਦਿਖਾ ਰਹੇ ਨੇ? ਨਹੀਂ, ਸਭ ਤੋਂ ਪਹਿਲਾਂ ਡੱਲਾ ਜੀ ਤੁਹਾਡਾ ਧੰਨਵਾਦ, ਕਿਉਂਕਿ ਮੈਂ ਪਹਿਲਾਂ ਰਤੇਸ਼ ਲੱਖੀ ਅਤੇ ਸੁਰਿੰਦਰ ਡੱਲਾ ਜੀ, ਇਹ ਦੋ ਹੀ ਪੱਤਰਕਾਰ ਹੁੰਦੇ ਸੀ ਧਾਕੜ ਪੰਜਾਬ 'ਚ, ਅਤੇ ਤੁਹਾਨੂੰ ਅਸੀਂ ਸੁਣਦੇ ਰਹੇ ਹਾਂ। ਨਹੀਂ, ਹੁਣ ਵੀ ਬਹੁਤ ਨੇ ਜੀ। ਹਾਂ ਨਹੀਂ, ਇਹ ਤੁਹਾਡੇ ਤੋਂ ਬਾਅਦ ਤਾਂ ਪਨੀਰੀ ਬਹੁਤ ਤਿਆਰ ਹੋ ਗਈ, ਅਤੇ ਮੇਰੀ ਦਿਲੀ ਇੱਛਾ ਵੀ ਸੀ ਤੁਹਾਡੇ ਨਾਲ ਬੈਠਣ ਦੀ, ਹਲੇ ਰਤੇਸ਼ ਲੱਖੀ ਨਾਲ ਤਾਂ ਨਹੀਂ ਬੈਠੇ ਅਸੀਂ, ਤੁਹਾਡੇ ਨਾਲ ਅੱਜ ਬੈਠਣ ਦਾ ਮੌਕਾ ਮਿਲਿਆ, ਤੁਹਾਡਾ ਬੜਾ ਧੰਨਵਾਦ ਤੁਸੀਂ ਦਿੱਤਾ। ਅਤੇ ਦੂਜੀ ਗੱਲ ਆ ਗਈ ਆਪਾਂ ਇਲੈਕਸ਼ਨ ਅਤੇ ਸਰਵੇਖਣਾਂ 'ਤੇ, ਜੋ ਦਿੱਲੀ ਐਗਜਿਟ ਪੋਲ ਆਏ ਆ, ਸਰਵੇਖਣ ਆਏ ਆ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵੱਲ ਜਾ ਰਹੇ ਆ, ਅਤੇ ਬਣਾਉਣੀ ਵੀ ਚਾਹੀਦੀ, ਕਿਉਂਕਿ ਕੇਜਰੀਵਾਲ ਨੇ ਇਸ ਵਾਰ ਕੰਮ ਦੇ ਨਾਂ 'ਤੇ ਵੋਟਾਂ ਮੰਗੀਆਂ, ਜ਼ੁਰਤ ਨਾਲ ਵੋਟਾਂ ਮੰਗੀਆਂ, ਵੀ ਜੇ ਮੈਂ ਕੰਮ ਕੀਤਾ ਤਾਂ ਵੋਟ ਪਾਇਓ, ਜੇ ਨਹੀਂ ਕੀਤਾ ਤਾਂ ਨਾ ਪਾਇਓ ਜੀ। ਐਡੀ ਜ਼ੁਰਤ ਮੇਰੇ ਖਿਆਲ ਕਿਸੇ ਪਾਰਟੀ 'ਚ, ਮਤਲਬ ਨਰਿੰਦਰ ਮੋਦੀ 'ਚ ਵੀ ਨਹੀਂ ਹੈਗੀ, ਬੇਸ਼ੱਕ ਵੱਡਾ ਲੀਡਰ ਬਣਾਇਆ ਹੋਇਆ ਪਰ ਨਹੀਂ ਹੈ ਉਹਦੇ 'ਚ ਐਡੀ ਜ਼ੁਰਤ, ਜੇ ਉਹ ਕਹਿ ਸਕੇ ਲੋਕਾਂ ਨੂੰ ਵੀ ਜੇ ਮੈਂ ਕੰਮ ਕੀਤਾ ਵੋਟ ਪਾਇਓ, ਜੇ ਨਹੀਂ ਕੀਤਾ ਨਾ ਪਾਇਓ ਜੀ। ਉਹਦੀ ਇਹੀ ਖਾਸੀਅਤ ਉਹਨੂੰ ਉੱਪਰ ਲੈ ਕੇ ਜਾਊਗੀ, ਸ਼ਾਇਦ ਉਹ PM ਦੇ ਦਾਅਵੇਦਾਰ ਵੀ ਬਣਨਗੇ ਇਲੈਕਸ਼ਨ ਤੋਂ ਬਾਅਦ ਜੀ। ਅਤੇ ਗੱਲ ਉਹੀ ਹੈ ਵੀ ਮੈਂ ਦਿੱਲੀ ਦੇ ਲੋਕਾਂ ਦਾ ਬੜਾ ਧੰਨਵਾਦ ਕਰਦਾ, ਕਿਉਂਕਿ ਇਹ ਇਲੈਕਸ਼ਨ ਨੇ ਆਪਣੇ ਦੇਸ਼ ਦੀ ਤਸਵੀਰ ਬਦਲਣੀ ਹੈ, ਵੀ ਹੁਣ ਦੇਸ਼ 'ਚ ਕਿਹੜੀ ਰਾਜਨੀਤੀ ਚੱਲੂਗੀ, ਧਰਮ ਦੀ ਜਾਂ ਡਿਵੈਲਪਮੈਂਟ ਦੀ। ਇਹ ਰਾਜਨੀਤੀ ਜਿਹੜੀ ਜਿੱਤ ਹੈ, ਇਹ ਰਾਜਨੀਤੀ ਦਾ ਮਤਲਬ ਇੱਕ ਮੁੱਢ ਬਣੂਗੀ, ਇਸ ਤੋਂ ਬਾਅਦ ਪੰਜਾਬ, ਪੰਜਾਬ ਤੋਂ ਬਾਅਦ ਅਦਰ ਸਟੇਟ, ਇਹ ਫੈਲ ਜਾਊਗਾ ਪੂਰਾ, ਕਿਉਂਕਿ ਲੋਕ ਹੁਣ ਸਮਝਦਾਰ ਹੋ ਗਏ, ਬਜ਼ੁਰਗ ਉਹ ਵੀ ਸਮਝਣ ਲੱਗ ਗਏ, ਬਾਕੀ ਜਿਹੜੇ ਨੌਜਵਾਨ ਹੈ, ਬੇਰੁਜ਼ਗਾਰ ਹੈ, ਉਹ ਤਾਂ ਸਮਝਦੇ ਹੀ ਨਹੀਂ। ਬਿਲਕੁਲ, ਮੈਂ ਅਸਰ 'ਤੇ ਆਊਂਗਾ, ਪਰ ਮੈਂ ਸੀਟਾਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ, ਤੁਹਾਨੂੰ ਆਪ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਹੁਣ ਕਿੰਨੀ ਕੁ ਸੀਟਾਂ ਦੀ ਉਮੀਦ ਹੈ? ਦੇਖੋ, ਅਸੀਂ ਤਾਂ ਮਤਲਬ ਚੰਗੀ ਮੈਜੋਰਟੀ ਲੈ ਕੇ ਸਰਕਾਰ ਬਣਾਉਣ ਤੱਕ ਹੀ ਕਹਿੰਦੇ, ਸੀਟਾਂ ਜਿੰਨੀਆਂ ਵੱਧ ਦੇ ਦੇਣਗੇ ਦਿੱਲੀ ਵਾਲੇ, ਉਹਨਾਂ ਦਾ ਧੰਨਵਾਦ। ਇਸ ਕਰਕੇ ਜਿੰਨੇ ਐਗਜਿਟ ਪੋਲ ਆਏ ਸਾਨੂੰ 68 ਤੱਕ ਟਾਈਮ ਜਨਾ, ਉਹਨੇ 68 ਤੱਕ ਵੀ ਦਿੱਤੀਆਂ ਜੀ, ਪਰ ਅਸੀਂ ਉਹਨਾਂ ਚੀਜ਼ਾਂ 'ਚ ਨਹੀਂ ਪੈਣਾ, ਸਾਨੂੰ ਸਰਕਾਰ ਬਣਾਉਣ 'ਚ ਮਤਲਬ ਕੋਈ ਤਕਲੀਫ ਨਾ ਹੋਵੇ, ਚੰਗੀ ਮੈਜੋਰਟੀ ਸਾਨੂੰ ਮਿਲ ਜਾਏ, ਅਸੀਂ ਉਹਦੇ 'ਤੇ ਸੰਤੁਸ਼ਟ ਹਾਂ, ਉਹਦੇ 'ਤੇ ਸੰਤੁਸ਼ਟ। ਪਰਮਿੰਦਰ ਜੱਟਪੁਰੀ ਜੀ, ਤੁਹਾਡਾ ਅਨੁਮਾਨ ਕੀ ਕਹਿੰਦਾ, ਕੀ ਹੋਊਗਾ ਦਿੱਲੀ ਦੇ ਵਿੱਚ? ਦੇਖੋ ਜੀ, ਮੋਦੀ ਵਰਸਿਸ ਕੇਜਰੀਵਾਲ ਤਾਂ ਹੋ ਗਿਆ, ਬਾਕੀ ਸਵਾਲ ਵੀ ਲਵਾਂਗੇ,
ਤੁਹਾਨੂੰ ਕੀ ਲੱਗਦਾ ਕਿੰਨੀਆਂ ਸੀਟਾਂ ਆ ਸਕਦੀਆਂ ਕੇਜਰੀਵਾਲ ਦੀਆਂ? ਦੇਖੋ ਜੀ, ਜਿਹੜਾ ਵੋਟ ਫੀਸਦ ਪਿਛਲੀ ਵਾਰ ਜਿੰਨਾ ਹੀ ਹੈ, 67% ਕੁਝ ਪਰਸੈਂਟ ਐਤਕੀ ਵੋਟਾਂ ਪਈਆਂ ਨੇ, ਪਿਛਲੀ ਵਾਰੀ ਵੀ 67% ਵੋਟਾਂ ਪਈਆਂ ਸੀ। ਅਰਵਿੰਦ ਕੇਜਰੀਵਾਲ ਦੀਆਂ ਸੀਟਾਂ ਤੁਹਾਨੂੰ ਘੱਟਦੀਆਂ ਨਜ਼ਰ ਆਉਂਦੀਆਂ ਨੇ ਜਾਂ ਵੱਧਦੀਆਂ? ਔਰ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਮਨੋਜ ਤਿਵਾੜੀ MP ਵੀ ਨੇ, ਉਹ ਕਹਿੰਦੇ 48 ਸੀਟਾਂ ਸਾਡੀਆਂ ਪੱਕੀਆਂ ਨੇ। ਉਹਨਾਂ ਨੇ ਸ਼ਬਦ ਤਾਂ ਨਹੀਂ ਵਰਤਿਆ, ਪਰ ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਵੀ 48 ਸੀਟਾਂ ਇੱਟ 'ਤੇ ਪਈਆਂ। ਹਾਂਜੀ, ਮਨੋਜ ਤਿਵਾੜੀ ਦਾ ਟਵੀਟ ਉਹਨੇ ਕੀਤਾ, ਆਪਣੀਆਂ 48 ਸੀਟਾਂ ਦਾ ਦਾਅਵਾ ਕੀਤਾ ਵੀ ਸਰ ਜਿਹੜਾ ਹੈਗਾ ਅਸੀਂ ਲੈ ਕੇ ਜਾ ਰਹੇ ਹਾਂ। ਅਤੇ ਪਰ ਜਿਹੜਾ ਕੱਲ੍ਹ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਜਿਹੜੇ BJP ਦੇ ਜਿਹੜੇ ਮੋਦੀ ਦੇ ਨਾਲ ਇਲੈਕਟ੍ਰੋਨਿਕ ਮੀਡੀਆ ਦਾ ਇੱਕ ਚੈਨਲ ਚੱਲਦਾ ਰਹਿੰਦਾ, ਹੋਰ ਕਿਸੇ ਨੂੰ ਇਜਾਜ਼ਤ ਨਹੀਂ ਹੁੰਦੀ, ਇੱਕ ਤਾਂ ਦੂਰਦਰਸ਼ਨ ਹੁੰਦਾ ਇੱਕ, ਉਹ ਵੀ ਜਿਹੜਾ ਹੈਗਾ ਉਹ ਕੇਜਰੀਵਾਲ ਨੂੰ ਵੱਧ ਦੱਸ ਰਿਹਾ ਸੀਗਾ ਵੀ ਮੈਜੋਰਿਟੀ ਜਿਹੜੀ ਸਰਕਾਰ ਆ ਕੇਜਰੀਵਾਲ ਦੀ ਆਮ ਆਦਮੀ ਦੀ ਬਣਾ ਰਿਹਾ ਸੀ। ਪਰ ਇਹ ਨਹੀਂ ਮੈਨੂੰ ਪਤਾ ਲੱਗਿਆ ਜਿਹੜਾ ਹੈਗਾ ਵੀ ਮਨੋਜ ਤਿਵਾੜੀ ਜੀ ਕਿਸ ਦਾਅਵੇ ਨਾਲ ਕਹਿ ਰਹੇ ਆ, ਕਿਉਂਕਿ ਜਿਹੜਾ ਉਹਨਾਂ ਨੇ ਕੰਮ ਦੇ ਆਧਾਰ 'ਤੇ ਜਿਹੜੀ ਹੈਗੀ ਆ, ਜਿਵੇਂ ਇਕਬਾਲ ਜੀ ਨੇ ਕਿਹਾ ਵੀ ਵੋਟਾਂ ਉਹਨੇ ਮੰਗੀਆਂ ਵੀ ਉਹ ਮੋਦੀ ਦੇ ਵਿੱਚ ਵੀ ਜਿਹੜਾ ਹੈਗਾ ਨਹੀਂ ਸੀਗਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਵੀ ਉਹਨੇ ਜੇ ਕੰਮ ਕੀਤੇ ਆ ਤੁਹਾਡੇ, ਜਿਵੇਂ ਉਹਨਾਂ ਨੇ ਹੈਲਥ ਦਾ, ਐਜੂਕੇਸ਼ਨ ਦਾ, ਬਾਕੀ ਜਿਹੜੇ ਹੈਗੇ ਆ ਬਿਜਲੀ ਦਾ, ਜਿਹੜਾ ਰਿਆਇਤਾਂ ਦਿੱਤੀਆਂ ਨੇ, ਅਤੇ ਉਹਦੇ ਬੇਸ 'ਤੇ ਉਹਨੇ ਜਿਹੜਾ ਹੈਗਾ ਆਪਣਾ ਵੋਟ ਮੰਗਿਆ। ਉਹਨੇ ਬਕਾਇਦਾ ਕਿਹਾ ਵੀ ਜੇ ਮੈਨੂੰ ਮੈਂ ਨਹੀਂ ਕੰਮ ਕੀਤੇ ਤੁਸੀਂ ਮੈਨੂੰ ਨਾ ਵੋਟ ਪਾਓ ਜੀ। ਅਤੇ ਇਹੀ ਕਰਨਾ, ਭਾਵੇਂ ਉਹਨੇ ਧਰਮ ਦੀ ਉੱਥੇ ਨਹੀਂ ਖੇਡਿਆ ਪੱਤਾ, ਭਾਵੇਂ BJP ਦਾ ਤਾਂ ਜਿਹੜਾ ਉੱਥੇ ਚੱਲ ਹੀ ਰਿਹਾ ਸੀ, ਜਿਹੜਾ ਪ੍ਰੋਟੈਸਟ ਵੀ ਚੱਲ ਰਿਹਾ ਹੈਗਾ ਮੁਸਲਿਮ ਅਤੇ ਔਰ ਜਿਹੜੀਆਂ ਖੱਬੀਆਂ ਧਿਰਾਂ ਦਾ, ਅਤੇ ਪਰ ਉਹਦੇ 'ਤੇ ਜਿਹੜਾ ਪੱਤਾ ਜਿਹੜਾ ਇਸ ਵਾਰ ਜਿਹੜਾ ਕਾਮਯਾਬ ਨਹੀਂ ਹੋਇਆ। ਖੁਦ ਵੀ ਜਿਹੜੀ ਹੈਗੀ ਆ ਇਹਨਾਂ ਦੇ ਸਰਵੇਖਣ ਆ ਜਿਹੜੇ ਇਹਨਾਂ ਦੇ ਜਿਹਨਾਂ ਨੂੰ ਆਪਾਂ ਮੋਹਰਾ ਕਹਿੰਦੇ ਹਾਂ, ਜਿਹੜੇ ਕਾਫੀ ਜਿਹੜੇ ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਸੀ, ਉਹ ਵੀ ਜਿਹੜੀ ਹੈਗੀ ਆ ਕੇਜਰੀਵਾਲ ਨੂੰ ਮੈਜੋਰਿਟੀ ਮੀਡੀਆ ਦਾ ਕੁਝ ਹਿੱਸਾ ਠੀਕ ਹੈ ਉਹ ਸਪੋਰਟ ਕਰਦਾ ਨਰਿੰਦਰ ਮੋਦੀ ਦੀ, ਉਹਨਾਂ ਦਾ ਆਪਣਾ ਕੰਮ ਹੈ, ਉਹਨਾਂ ਦੀ ਆਪਣੀ ਸੋਚ ਹੈ। ਜਗਪੁਰੀ ਸਾਹਿਬ, BJP 48 ਸੀਟਾਂ ਕਹਿ ਰਹੀ ਹੈ, ਸਰਵੇਖਣ 50 ਤੋਂ ਵੱਧ ਜਾ ਰਹੇ ਨੇ, ਕਿਤੇ ਕਿਤੇ 68 ਵਾਲਾ ਅੰਕੜਾ ਵੀ ਹੈਗਾ ਆਮ ਆਦਮੀ ਪਾਰਟੀ ਦਾ, ਤੁਹਾਡਾ ਨਜ਼ਰੀਆ ਕੀ ਕਹਿੰਦਾ? ਤੁਸੀਂ ਕਾਂਗਰਸ ਨੂੰ ਵੀ ਵਿੱਚ ਵਿਚਾਲੇ ਕਿਤੇ ਮਾੜਾ ਮੋਟਾ ਦੇਖਦੇ ਹੋ? ਮੈਂ ਦੇਖਿਆ ਸਰਵੇਖਣ ਤਾਂ ਕਾਂਗਰਸ ਨੂੰ 1-2 ਸੀਟਾਂ ਤੋਂ ਉੱਤੇ ਜਾਂਦੇ ਹੀ ਨਹੀਂ, ਤੁਹਾਡੀ ਨਜ਼ਰ 'ਚ ਕਾਂਗਰਸ ਦੇ ਹਿੱਸੇ ਕੁਛ ਲੱਗੂ? ਉਹੀ ਗੱਲ ਜੀ, ਬੜੀ ਹੈਰਾਨੀ ਦੀ ਗੱਲ ਆ ਵੀ ਜਿਹੜੀ ਕਾਂਗਰਸ ਆ, ਜਿਹੜੇ ਸਰਵੇਖਣ ਆ, ਸਰਵੇਖਣ ਦਾ ਕਈ ਜਿਹੜੇ ਚੈਨਲ ਆ ਉਹ ਕਾਂਗਰਸ ਦਾ ਉੱਥੇ ਖਾਤਾ ਵੀ ਨਹੀਂ ਖੁੱਲ੍ਹਦਾ ਕਹਿ ਰਹੇ ਵੀ, ਕਿਉਂਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਗਏ ਸੀ, ਇਹਨਾਂ ਨੂੰ ਵੀ ਜਿਹੜਾ ਪ੍ਰਚਾਰ ਦੌਰਾਨ ਜਿਹੜਾ ਨਮੋਸੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੋਕ ਇਕੱਠੇ ਨਹੀਂ ਹੋਏ ਅਤੇ ਔਰ ਉਹ ਔਰ ਭਗਵੰਤ ਮਾਨ ਤਸਵੀਰਾਂ 'ਚ ਤਾਂ ਕੈਪਟਨ ਅਮਰਿੰਦਰ ਦੀਆਂ ਰੈਲੀਆਂ 'ਚ ਰਸ਼ ਸੀਗਾ। ਨਹੀਂ ਜੀ ਨਹੀਂ, ਉਹ ਇਹ ਵੀ ਭਗਵੰਤ ਮਾਨ ਵੱਲੋਂ ਜਿਹੜਾ ਹੈਗਾ ਇਹ ਦੱਸਿਆ ਗਿਆ ਸੀ ਵੀ ਉੱਥੇ ਵੀ ਜਿਹੜੇ ਇਹਦੇ ਨਾਲ ਫਿਰਦੇ ਆ ਸਿਕਿਉਰਿਟੀ ਹੈ ਇਹਦੀ, ਜਿਹੜੀ ਸਿਕਿਉਰਿਟੀ ਇਹਨੇ ਐਡਵਾਂਸ ਸਿਕਿਉਰਿਟੀ ਜਿਹੜੀ ਹੈਗੀ ਆ ਸਿਵਲ ਦੇ ਵਿੱਚ ਉਹ ਆਪਣੀ ਆ, ਪਰ ਉਹਨੇ ਇਹ ਜਿਹੜਾ ਹੈਗਾ ਤਾਨਾ ਉੱਥੇ ਮਾਰਿਆ ਸੀ, ਹਰ ਜਲਸੇ ਦੇ ਵਿੱਚ, ਹਰ ਜਲਸੇ ਦੇ ਵਿੱਚ ਮਾਰਿਆ ਸੀ ਵੀ ਜੇ 2 ਰੁਪਏ, ਜੇ 2 ਰੁਪਏ ਯੂਨਿਟ ਦਿੱਲੀ ਦੇ ਸਕਦਾ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਕਦੀ ਆ, ਤਾਂ ਇਹ ਕਿਸ ਮੂੰਹ ਦੇ ਨਾਲ 9 ਰੁਪਏ ਯੂਨਿਟ ਦੇ ਕੇ ਇੱਥੇ ਕਹਿ ਰਿਹਾ ਵੀ ਇਹ? ਨਹੀਂ ਚਲੋ, ਸਥਿਤੀਆਂ ਥੋੜ੍ਹੀਆਂ ਜਿਹੀਆਂ ਵੱਖਰੀਆਂ। ਦੇਖੋ, ਪੰਜਾਬ 'ਚ ਕਿਸਾਨਾਂ ਨੂੰ ਵੀ ਮੁਫ਼ਤ ਬਿਜਲੀ ਦਿੰਦੀ ਆ ਪੰਜਾਬ ਦੀ ਸਰਕਾਰ, ਭਾਵੇਂ ਉਹ ਬਾਦਲ ਨੇ ਭਾਵੇਂ ਕਾਂਗਰਸ ਹੈ, ਮੁਫ਼ਤ ਬਿਜਲੀ ਹੈ ਸਾਡੇ, ਠੀਕ ਹੈ, ਆਮ ਲੋਕਾਂ ਨੂੰ ਸਾਡੇ ਬਿਜਲੀ ਮਹਿੰਗੀ ਹੈ, ਮੁਫ਼ਤ ਨਹੀਂ ਹੈ। ਪਰ ਮੇਰਾ ਸਵਾਲ ਇਹ, ਕਾਂਗਰਸ ਨੂੰ 5% ਸੀਟ ਸ਼ੇਅਰ ਦਿੱਤਾ ਜਾ ਰਿਹਾ, ਵੋਟ ਸ਼ੇਅਰ 5% ਤੱਕ ਵੱਖ ਵੱਖ ਸਰਵੇਖਣਾਂ 'ਚ, ਤੁਹਾਨੂੰ ਕੀ ਲੱਗਦਾ ਹੈ ਕਾਂਗਰਸ 0 ਤੋਂ ਉੱਪਰ ਵਧੂਗੀ? 2015 ਤੋਂ ਪਹਿਲਾਂ ਵੀ ਕਾਂਗਰਸ ਕੋਲ 8 ਸੀਟਾਂ ਸੀ, ਉਸ ਤੋਂ ਪਹਿਲਾਂ ਤਾਂ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਸੀ, ਕਾਂਗਰਸ 8-10 ਸੀਟਾਂ ਤੱਕ ਤੁਹਾਨੂੰ ਆਉਂਦੀ ਨਜ਼ਰ ਆਉਂਦੀ ਹੈ ਜਾਂ ਤੁਸੀਂ ਵੀ 0 ਦਿਓਗੇ? ਦੇਖੋ ਜੀ, ਸ਼ੀਲਾ ਦੀਕਸ਼ਿਤ ਨੇ ਨੋ ਡਾਊਟ ਜਿਹੜਾ ਹੈਗਾ ਉੱਥੇ ਦਿੱਲੀ ਦੀ ਡਿਵੈਲਪਮੈਂਟ ਕੀਤੀ ਹੈਗੀ ਆ, ਉਹਨੇ ਕਾਇਆ ਕਲਪ ਕੀਤੀ ਹੈ ਲੰਬਾ ਸਮਾਂ, ਤਾਂ ਹੀ ਉਸ ਨੂੰ ਦੁਬਾਰਾ ਵੀ ਜਿਹੜਾ ਹੈਗਾ ਲੋਕਾਂ ਨੇ ਲੈ ਕੇ ਆਉਂਦਾ। ਜਿਵੇਂ ਹੁਣ ਕੇਜਰੀਵਾਲ ਨੇ ਕੰਮ ਕੀਤੇ ਆ, ਤਾਂ ਕੇਜਰੀਵਾਲ ਨੂੰ ਕੰਮਾਂ ਦਾ ਨਤੀਜਾ, ਕਿਉਂਕਿ ਜਿਹੜੇ ਆਮ ਵਪਾਰੀ ਜਿਹੜਾ ਹੈਗਾ ਹਿੰਦੂ ਵਰਗ ਆ ਬਹੁਤ ਸਾਰੇ ਜਿਹੜੇ ਹੈਗੇ ਆ, ਉਹ ਭਾਵੇਂ ਜਿਹੜਾ ਕਿ 370 ਦੇ ਤਾਂ ਹੱਕ ਦੇ ਵਿੱਚ ਸੀ, ਜਾਂ ਡਿਵੈਲਪਮੈਂਟ ਦੇ ਨਾਂ 'ਤੇ ਜਿਹੜਾ ਹੈਗਾ ਦਿੱਲੀ ਦੇ ਵੋਟਰ ਨੇ ਉਹਨਾਂ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਬੋਲਦੇ ਦੇਖੇ ਗਏ ਆ, ਔਰ ਈਵਨ ਪੰਜਾਬ ਤੱਕ ਦਾ ਜਿਹੜੇ ਹੈਗੇ ਆ ਕੇਜਰੀਵਾਲ ਦੀ ਹਵਾ ਚੱਲ ਰਹੀ ਸੀ, ਜਿਹੜੇ ਕੇਜਰੀਵਾਲ ਨੇ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਉੱਥੇ ਵਧੀਆ ਕੀਤੇ ਆ, ਵਧੀਆ ਪਾਲਿਸੀਆਂ ਨੇ। ਚਲੋ ਮੈਂ ਆਉਣਾ ਜਗਜੀਤ ਸਾਹਿਬ ਤੁਹਾਡੇ ਕੋਲ ਵੀ ਆਉਣਾ। ਰਾਣੂ ਸਾਹਿਬ, ਤੁਹਾਡੀ ਪਾਰਖ ਨਜ਼ਰ ਕੀ ਕਹਿੰਦੀ ਹੈ? ਤੁਹਾਡੀ ਵੀ ਹੁਣ ਤਾਂ ਪੋਲੀਟੀਕਲ ਪਾਰਟੀ ਹੈ, ਭਾਵੇਂ ਤੁਸੀਂ ਦਿੱਲੀ 'ਚ ਚੋਣਾਂ ਨਹੀਂ ਲੜੀਆਂ, ਕਿਸੇ ਧਿਰ ਨੂੰ ਹਮਾਇਤ ਨਹੀਂ ਕੀਤੀ, ਪਰ ਸਿਆਸੀ ਸਮਝ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ 'ਚ ਉਹਨਾਂ ਦੀ ਪਾਰਟੀ ਪਹਿਲਾਂ ਹੀ ਹੈਗੀ ਹੈ, 20 ਉਹਨਾਂ ਦੇ ਵਿਧਾਇਕ ਚੁਣੇ ਗਏ ਸੀ, ਚਲੋ ਕੁਝ ਟੁੱਟ ਫੁੱਟ ਗਏ, ਉਹ ਗੱਲ ਵੱਖਰੀ ਹੈ, ਤੁਹਾਡਾ ਨਜ਼ਰੀਆ ਕੀ ਹੈ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ, ਕਿਉਂਕਿ ਉਹਦਾ ਬੜਾ ਵੱਡਾ ਅਸਰ ਪੰਜਾਬ 'ਤੇ ਪੈਣਾ ਹੈ ਅਗਲੇ ਵਿਸ਼ੇ 'ਤੇ, ਮੈਂ ਉਹੀ ਗੱਲ ਕਰਨੀ ਹੈ ਅਗਲੇ ਹਿੱਸੇ 'ਚ ਕਿ ਪੰਜਾਬ 'ਤੇ ਉਹਦਾ ਅਸਰ ਕੀ ਆਉਂਦਾ, ਪਰ ਤੁਸੀਂ ਦਿੱਲੀ ਨੂੰ ਹੁਣ ਕਿਵੇਂ ਵੇਖਦੇ ਹੋ? ਕੇਜਰੀਵਾਲ ਜੇ ਜਿੱਤਦਾ ਤਾਂ ਤੁਹਾਡੀ ਨਜ਼ਰ 'ਚ ਉਹਦਾ ਕਾਰਨ ਕੀ ਰਿਹਾ? ਕੀ ਭਾਰਤੀ ਜਨਤਾ ਪਾਰਟੀ ਦਾ ਇੱਕ ਪਾਸੜ ਉਹਨਾਂ ਮਸਲਿਆਂ 'ਤੇ ਪ੍ਰਚਾਰ ਜਿਹਦਾ ਸੰਬੰਧ ਸਿੱਧਾ ਸਿੱਧਾ ਡਿਵੈਲਪਮੈਂਟ ਨਾਲ ਨਹੀਂ ਸੀ? ਡੱਲਾ ਜੀ, ਇਸ ਤਰ੍ਹਾਂ ਕਿ ਦਿੱਲੀ ਇੱਕ ਐਸੀ ਸਟੇਟ ਹੈ ਜਿੱਥੇ ਲੋਕ ਜਿਹੜੇ ਨੇ ਉਹ ਮੈਂਟਲੀ ਬੜੇ
ਤੁਸੀਂ ਕਦੇ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਗੱਡੀ ਦੇ ਵਿੱਚ ਬੈਠ ਕੇ, ਤੁਹਾਨੂੰ ਟੈਕਸੀ ਵਾਲਾ ਵੀ ਉੱਥੋਂ ਦੀ ਰਾਜਨੀਤੀ ਬਾਰੇ ਗੱਲ ਕਰਕੇ ਤੁਹਾਨੂੰ ਬੜੀ ਬਾਖੂਬੀ ਜਚਾ ਦੇਗਾ ਕਿ ਹਾਂ ਗ੍ਰਾਸ ਰੂਟ ਰਿਐਲਿਟੀ ਕੀ ਹੈ। ਮੈਂ ਅਕਸਰ ਦਿੱਲੀ ਜਾਂਦਾ, ਜਦੋਂ ਵੀ ਕਦੇ ਮੇਰੀ ਜੇ ਕੋਈ ਗੱਲ ਵੀ ਮੈਂ ਕਰਦਾ ਤਾਂ ਮੈਂ ਲੋਕ ਨੇ ਆਟੋ ਰਿਕਸ਼ੇ ਵਾਲੇ, ਟੈਕਸੀਆਂ ਵਾਲੇ, ਰਿਕਸ਼ਿਆਂ ਵਾਲੇ, ਉਹਨਾਂ ਨਾਲ ਮੈਂ ਇੰਟਰੈਕਟ ਕਰਕੇ ਦੇਖਿਆ ਅਤੇ ਉਹ ਸਾਰੇ ਹੀ ਜਿਹੜੇ ਨੇ ਉਹਨਾਂ ਦਾ ਮਨ ਇੱਕੋ ਹੀ ਚੀਜ਼ 'ਤੇ ਹੈ ਕਿ ਵਿਕਾਸ ਦਿੱਲੀ ਕਾ ਜੋ ਕਰੇਗਾ ਵੋ ਦਿੱਲੀ ਪੇ ਰਾਜ ਕਰੇਗਾ। ਔਰ ਇਹ ਉਹਨਾਂ ਨੇ ਹਮੇਸ਼ਾ ਇਤਿਹਾਸ ਰਚਿਆ ਹੈਗਾ। ਤੁਸੀਂ ਦੇਖ ਲਓ ਸ਼ੀਲਾ ਦੀਕਸ਼ਿਤ ਜੀ ਦੀ ਕਾਂਗਰਸ ਗੌਰਮੈਂਟ ਦੇ ਟਾਈਮ 'ਤੇ ਜੇ ਉਹ ਰਿਪੀਟ ਕੀਤਾ ਉਹਨਾਂ ਨੇ ਤਾਂ ਉਹ ਵੀ ਉਹਨਾਂ ਨੇ ਆਪਣੇ ਵਿਕਾਸ ਕਾਰਜਾਂ ਦੇ ਕਰਕੇ ਹੀ ਕੀਤਾ। ਬਾਅਦ ਵਿੱਚ ਕਾਂਗਰਸ 'ਚ ਜੋ ਨਿਘਾਰ ਆਇਆ ਉਹਦੇ ਕਰਕੇ ਜੋ ਵੀ ਕੇਜਰੀਵਾਲ ਜੀ ਨੂੰ ਬੈਨੀਫਿਟ ਹੋਇਆ, ਕਾਂਗਰਸ ਦਾ ਲੌਸ ਹੋਇਆ, ਉਹ ਵੀ ਤੁਹਾਡੇ ਸਾਹਮਣੇ ਆ। ਅੱਜ ਜੇ ਕੇਜਰੀਵਾਲ ਜੀ ਦੁਬਾਰਾ ਅੱਗੇ ਆਉਂਦੇ ਨੇ ਤਾਂ ਉਹ ਉਹਨਾਂ ਦੀ ਜਿਹੜੀ ਵਿਕਾਸ ਦੇ ਕਾਰਜ ਨੇ ਉਹਨਾਂ ਨੂੰ ਹੀ ਵੋਟ ਪੈਣੀ ਹੈ, ਕਿਉਂਕਿ ਕੇਜਰੀਵਾਲ ਜੀ ਦੀ ਨੀਤੀ ਬੜੀ ਸਾਫ਼ ਹੈ। ਮੈਂ ਇਸ ਗੱਲ ਦਾ ਪ੍ਰਾਊਡ ਫੀਲ ਕਰਦਾ ਕਿ ਇੱਕ ਐਸਾ ਲੀਡਰ ਹੈ ਕੇਜਰੀਵਾਲ ਜਿਸ ਨੇ ਇਸ ਦੇਸ਼ ਨੂੰ ਧਰਮ ਦੀ ਰਾਜਨੀਤੀ ਤੋਂ ਪਰੇ ਉੱਠ ਕੇ, ਜਾਤ ਪਾਤ ਦੀ ਰਾਜਨੀਤੀ ਤੋਂ ਪਰੇ ਉੱਠ ਕੇ ਸਿਰਫ ਵਿਕਾਸ, ਵਿਕਾਸ ਵੀ ਉਹਨਾਂ ਨੇ ਐਸੇ ਫੀਲਡਸ ਦੇ ਵਿੱਚ ਕੀਤਾ ਹੈ ਜਿਹੜੇ ਦੀ ਅੱਜ ਇੱਕ ਨੋਰਮਲ ਵਿਅਕਤੀ ਨੂੰ ਲੋੜ ਹੈ। ਉਹ ਕੀ ਹੈ? ਪਹਿਲੀ ਤਾਂ ਹੈਗੀ ਐਜੂਕੇਸ਼ਨ ਜੀ। ਐਜੂਕੇਸ਼ਨ ਦੇ ਨਾਲ ਨਾਲ ਹੈਲਥ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਕਿਹੜਾ ਇੰਡੀਆ ਦਾ ਐਸਾ ਸੂਬਾ ਜਿੱਥੇ ਹੈਲਥ ਸਿਕਿਉਰਿਟੀ ਹੈਗੀ ਆ ਜਾਂ ਉੱਥੇ ਐਜੂਕੇਸ਼ਨ ਨੂੰ ਪ੍ਰਾਈਮ ਮਤਲਬ ਕਿ ਇੱਕ ਅਹਿਮੀਅਤ ਅੱਗੇ ਪ੍ਰਾਇਓਰਟੀ ਦਿੱਤੀ ਗਈ ਹੋਵੇ? ਇਹ ਜਿਹੜੇ ਦੋ ਚੀਜ਼ਾਂ ਨੇ, ਵੈਸੇ ਪੰਜਾਬ ਵਾਲੇ ਨੇ ਵੀ ਦਿੱਤੀ ਆ ਪਿੱਛੇ ਜਿਹਾ, ਤੁਸੀਂ ਬਿਆਨ ਸੁਣਿਆ ਹੋਣਾ ਕੈਪਟਨ ਦਾ ਵੀ ਅਸੀਂ ਕਿੰਨੇ ਸਮਾਰਟ ਸਕੂਲ ਬਣਾਉਂਦੇ ਹਾਂ। ਦੇਖੋ, ਸਮਾਰਟ ਸਕੂਲ ਬਣਾ ਦਿੱਤੇ ਜਾਂ ਨਹੀਂ ਬਣਾ ਦਿੱਤੇ, ਪਰ ਲੋਕਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਤਾਂ ਨਹੀਂ ਖਤਮ ਹੋਈ ਹਾਲੇ ਤੱਕ, ਨਹੀਂ ਬਿਲਕੁਲ ਠੀਕ ਹੈ, ਮੈਂ ਪੰਜਾਬ ਦੇ ਵਿਸ਼ੇ ਨਹੀਂ ਹੋਣਾ ਨਹੀਂ। ਤੋਂ ਬੱਚਿਆਂ ਦੇ ਪ੍ਰਤੀ ਸਰਕਾਰਾਂ ਕਿੱਥੇ ਸੁਚੇਤ ਨੇ ਦੱਸੋ, ਠੀਕ ਹੈ ਨਾ? ਆਮ ਆਦਮੀ ਪਾਰਟੀ ਨੇ ਅਗਰ ਕੁਝ ਕੀਤਾ ਦਿੱਲੀ ਦੇ ਵਿੱਚ ਉਹਦਾ ਉਹਨਾਂ ਨੂੰ ਫਰੂਟ ਮਿਲੇਗਾ ਹੀ ਮਿਲੇਗਾ। ਬਿਲਕੁਲ ਠੀਕ ਹੈ ਜੀ। ਦੂਜਾ ਬੜਾ ਅਹਿਮ ਸਵਾਲ ਹੈ ਜਿਹੜਾ ਅੱਜ ਦੇ ਇਸ ਇਸ਼ੂ ਦੇ ਨਾਲ ਸੰਬੰਧਿਤ ਹੀ ਹੈ। ਸਭ ਤੋਂ ਪਹਿਲਾਂ ਮੈਂ ਇਕਬਾਲ ਜੀ ਤੁਹਾਡੇ 'ਤੇ ਜਾਊਂਗਾ। ਜੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣ ਜਾਂਦੀ ਹੈ, ਆਪਣੇ ਦਮ 'ਤੇ ਬਣ ਜਾਂਦੀ ਹੈ, ਹੋ ਸਕਦਾ ਕੁਛ ਲੋੜ ਪਵੇ ਗਠਬੰਧਨ 'ਚ, ਹੋ ਸਕਦਾ ਕਾਂਗਰਸ 5-7 ਸੀਟਾਂ ਲੈ ਜੇ, ਮੈਂ ਉਹ ਹਾਲਾਤਾਂ ਦੀ ਗੱਲ ਕਰਦਾ ਜਿੱਥੇ ਬੀਜੇਪੀ ਵੀ ਬਹੁਤ ਚੰਗੀਆਂ ਸੀਟਾਂ ਲੈ ਜਾਂਦੀ ਹੈ ਆਪਣੀ ਰਾਜਨੀਤੀ ਕਰਕੇ। ਮੰਨ ਲਓ ਅਗਰ ਅਜਿਹੀ ਲੋੜ ਮਹਿਸੂਸ ਹੁੰਦੀ ਹੈ ਕਿ 2-4 ਸੀਟਾਂ ਲੈਣੀਆਂ ਪੈਣ ਜੇ ਕਾਂਗਰਸ ਵੀ ਲੈ ਜਾਂਦੀ ਹੈ, ਤਾਂ ਕਿਉਂਕਿ ਜਦ ਤੱਕ ਨਤੀਜੇ ਨਹੀਂ ਆਉਂਦੇ ਤਾਂ ਸੰਭਾਵਨਾਵਾਂ ਨੇ, ਤਾਂ ਕੀ ਕਾਂਗਰਸ ਨਾਲ ਮਿਲ ਕੇ ਫਿਰ ਆਊਗੀ ਸਰਕਾਰ ਕੇਜਰੀਵਾਲ ਦੀ? ਨਹੀਂ ਲੱਲਾ ਜੀ, ਗੱਲ ਪਤਾ ਕੀ ਹੁੰਦੀ ਹੈ, ਇਹ ਸੰਭਾਵਨਾ ਨੂੰ ਤੁਸੀਂ ਰੂਲ ਆਊਟ ਹੀ ਕਰਦੇ? ਨਹੀਂ, ਮੈਂ ਰੂਲ ਆਊਟ ਇਸ ਕਰਕੇ ਕਰ ਰਿਹਾ, ਤੁਸੀਂ ਵੋਟ 6 ਹੈ ਨਾ ਜਿਹੜਾ ਜੀ, ਸਾਡਾ ਉਹ 57 ਤੇ 56 ਇੱਥੇ ਚੱਲ ਰਿਹਾ, ਦਿਖਾ ਰਹੇ ਨੇ 56% ਜੀ, ਤੇ ਬੀਜੇਪੀ ਦਾ ਵੋਟ ਸ਼ੇਅਰ ਨਹੀਂ ਘਟਿਆ, ਉਹ 35 ਤੇ ਖੜਾ ਜੀ, ਉਹਨਾਂ ਨੇ ਵੋਟ ਸ਼ੇਅਰ ਆਪਣਾ ਬਚਾ ਲਿਆ, ਵਧਾ ਨਹੀਂ ਸਕਿਆ, ਘਟਾ ਵੀ ਨਹੀਂ ਸਕਿਆ। ਮੈਂ ਇਸੇ ਕਰਕੇ ਆਇਆ ਕਿ ਸਿਰਫ ਕਾਂਗਰਸ ਦਾ ਵੋਟ ਸ਼ੇਅਰ ਘਟਾ ਕੇ 5 ਤੇ ਲਿਆਂਦਾ, ਜੇ ਕਾਂਗਰਸ ਦਾ ਵੋਟ ਸ਼ੇਅਰ ਵੱਧਦਾ ਹੈ ਤਾਂ ਦੇਖੋ ਤੁਹਾਡਾ ਵੀ ਘਟ ਸਕਦਾ ਤੇ ਥੋੜਾ ਬਹੁਤਾ ਬੀਜੇਪੀ ਦਾ ਵੀ ਘਟ ਸਕਦਾ। ਹਾਂ, ਕਿੰਨਾ ਬਸ ਦੇਖਾ ਐਗਜ਼ਿਟ ਪੋਲ ਚ 5-7% ਦਾ ਹੇਰ ਫੇਰ ਹੋ ਸਕਦਾ ਜੀ, 20% ਦਾ ਵੋਟ ਸ਼ੇਅਰ ਦਾ ਹੇਰ ਫੇਰ ਨਹੀਂ ਕਦੇ ਵੀ ਹੋ ਸਕਦਾ, ਇਸ ਕਰਕੇ ਸਾਡੀ ਥੰਪਿੰਗ ਮੈਜੋਰਿਟੀ ਆਊਗੀ ਜੀ, ਇਸ ਕਰਕੇ ਸਾਨੂੰ ਇਹ ਚੀਜ਼ਾਂ ਸੋਚਣ ਦੀ ਲੋੜ ਨਹੀਂ ਹੈਗੀ ਜੀ, ਤੇ ਇਸ ਕਰਕੇ ਸਰਕਾਰ ਆਮ ਆਦਮੀ ਪਾਰਟੀ ਦੀ ਆਪਣੇ ਬਲਬੂਤੇ ਹੀ ਬਣੂਗੀ। ਹਾਂ ਜੀ, ਇਸ ਕਰਕੇ ਰੂਲ ਆਊਟ ਮੈਂ ਇਸ ਨੂੰ ਕਰਦਾ ਹੈਗਾ। ਜੇ ਮੰਨ ਲਿਆ ਜਾਵੇ ਕਿ ਤੁਹਾਡੇ ਆਪਣੇ ਬਲਬੂਤੇ ਦੇ ਉੱਤੇ ਹੀ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਫਿਰ ਤੁਸੀਂ ਪੰਜਾਬ 'ਚ ਕਿਵੇਂ ਆਉਂਦੇ ਹੋ? ਪੰਜਾਬ 'ਚ ਆਮ ਆਦਮੀ ਪਾਰਟੀ ਦਿਖਣ ਲੱਗਦੀ ਹੈ ਦੁਬਾਰਾ ਸਰਗਰਮ? ਦੇਖੋ, ਪੰਜਾਬ ਦੇ ਲੋਕ ਦਿੱਲੀ ਵਾਲਿਆਂ ਵਾਂਗੂ ਅਵੇਅਰ ਹੈਗੇ ਬਹੁਤ ਜ਼ਿਆਦਾ ਜੀ, ਜਦੋਂ ਦਿੱਲੀ ਰਿਪੀਟ ਹੁੰਦੀ ਹੈ ਉਹਦੇ ਸਾਰੇ ਤੁਸੀਂ ਅੱਜ ਪਿੰਡਾਂ 'ਚ ਖੁੰਡ ਚਰਚਾ 'ਤੇ ਬੈਠ ਕੇ ਸੁਣ ਸਕਦੇ ਹੋ, ਉਹ ਕਹਿੰਦੇ ਵੀ ਜੇ ਦਿੱਲੀ ਰਿਪੀਟ ਹੋ ਗਈ ਤਾਂ ਪੰਜਾਬ 2022 'ਚ ਆਮ ਪਾਰਟੀ ਸਰਕਾਰ ਬਣੂਗੀ। ਖੁੰਡ ਚਰਚਾ ਹੋਣ ਲੱਗ ਗਈ? ਬਿਲਕੁਲ, ਖੁੰਡ ਚਰਚਾ ਹੁਣੇ ਜੀ ਹੁਣੇ ਜੀ। ਮੈਨੂੰ ਫੋਨ ਆ ਰਹੇ ਕਾਂਗਰਸੀਆਂ ਦੇ, ਅਕਾਲੀਆਂ ਦੇ ਜੀ, ਵੀ ਯਾਰ ਤੁਸੀਂ ਆਓ, ਤੁਹਾਡੀ ਤਾਂ ਸਰਕਾਰ ਆ ਰਹੀ ਹੈ। ਮਤਲਬ ਜਿਵੇਂ ਤੁਸੀਂ ਪਿਛਲੀ ਵਾਰੀ ਥੋਕ 'ਚ ਸ਼ਾਮਿਲ ਕੀਤੇ ਸੀ ਅਕਾਲੀ ਕਾਂਗਰਸੀ, ਫੇਰ ਕਰੋਗੇ? ਨਹੀਂ, ਉਹ ਦੇਖੋ ਡੱਲਾ ਜੀ, ਅਸੀਂ ਸਾਡੀ ਨਵੀਂ ਪਾਰਟੀ ਸੀ, ਤਜਰਬੇ ਕਰਕੇ ਬੰਦੇ ਨੂੰ ਅਕਲ ਆਉਂਦੀ ਹੈਗੀ, ਉਹ ਸਾਡੇ ਮਿੱਠੇ ਕੌੜੇ ਤਜਰਬੇ ਜਿਹੜੇ ਸੀਗੇ ਉਹਦੇ 'ਚੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਵੀ ਮਿਲਿਆ ਕਿ ਅਸੀਂ ਐਸੀ ਗਲਤੀਆਂ ਨਹੀਂ ਕਰਾਂਗੇ। ਕੁਛ ਬੰਦੇ ਜਿਹੜੇ ਸਾਨੂੰ, ਦੋ ਬੰਦੇ ਕਹਿੰਦੇ ਸੀ ਵੀ ਸਾਨੂੰ ਚਿਹਰੇ ਚਾਹੀਦੇ ਜੀ, ਕੁਛ ਕਹਿੰਦੇ ਵੀ ਨਹੀਂ ਆਮ ਆਦਮੀਆਂ ਦੀ ਪਾਰਟੀ, ਆਮ ਆਦਮੀਆਂ ਨੂੰ ਟਿਕਟਾਂ ਦਿਓ। ਉੱਥੇ ਪਾਰਟੀ ਫਸ ਗਈ ਕਨਫਿਊਜ਼ਨ 'ਚ ਜੀ, ਵੀ ਪਾਰਟੀ ਦਾ ਇੱਥੇ ਆਮ ਆਦਮੀ ਵਾਲਾ ਨਹੀਂ ਚੱਲਣਾ ਕਾਰਡ, ਇੱਥੇ ਤੁਹਾਨੂੰ ਚਿਹਰਿਆਂ ਦੀ ਲੋੜ ਹੈ, ਅਸੀਂ ਕੁਛ ਚਿਹਰੇ ਲੈ ਲਏ। ਮੈਂ ਖੁਦ ਦਿੱਲੀ ਵਾਲਿਆਂ ਨੂੰ ਕਹਿੰਦਾ ਰਿਹਾ ਵੀ ਦੇਖੋ, ਜਿੰਨੇ ਤੁਸੀਂ ਚਿਹਰੇ ਲਓਗੇ ਨਾ, ਇਹਨਾਂ ਦੇ ਦਿਮਾਗ ਇਹਨਾਂ ਨਾਲ ਕਲੈਸ਼ ਕਰਨਾ ਬਾਅਦ। ਬਿਲਕੁਲ, ਜਿਵੇਂ ਕਈ ਵਾਰੀ ਦੀਵਾਲੀ ਤੇ ਪਟਾਕੇ ਲੈ ਕੇ ਆਉਂਦੇ ਬੱਚੇ ਤੇ ਕੁਝ ਪਟਾਕੇ ਚੱਲਦੇ ਨਹੀਂ ਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਫੁੱਸ ਹੋ ਗਏ ਪਟਾਕੇ। ਸੋ ਕੁਝ ਲੀਡਰ ਤੁਸੀਂ ਜਿਹੜੇ ਲਿਆਏ ਸੀ ਉਹ ਫੁੱਸ ਪਟਾਕੇ ਲਿਆਏ, ਮਤਲਬ ਪਿਛਲੀ ਵਾਰੀ ਤਜਰਬੇ ਦੀ ਘਾਟ ਕਰਕੇ ਕਹਿ ਲਓ ਤੁਸੀਂ ਵੀ, ਹੁਣ ਸਾਨੂੰ ਤਜਰਬੇ ਇਹਨਾਂ ਚੀਜ਼ਾਂ ਦੇ ਬਹੁਤ ਆ ਚੁੱਕੇ, ਇਸ ਕਰਕੇ ਹੁਣ ਇਹ ਜਿਹੀਆਂ ਗਲਤੀਆਂ ਨਹੀਂ ਹੋਣ। ਬਿਲਕੁਲ, ਸੋ ਪਟਾਕਿਆਂ ਦੀਵਾਲੀ ਤੋਂ ਪਹਿਲਾਂ ਜਦੋਂ ਅਸੀਂ ਵੀ ਪਟਾਕੇ ਲੈਂਦੇ ਸੀ ਤੇ ਸਾਡੇ ਬਜ਼ੁਰਗ ਸਾਨੂੰ ਸਮਝਾਉਂਦੇ ਸੀ ਵੀ ਇੱਕ ਤਾਂ ਬਹੁਤ ਧਿਆਨ ਨਾਲ ਪਟਾਕੇ ਚੰਗੀ ਕੰਪਨੀ ਦੇ ਖਰੀਦਣ,
ਉਹ ਸਲਾਬੇ ਨਹੀਂ ਹੋਣੇ ਚਾਹੀਦੇ, ਧੁੱਪ 'ਚ ਵੀ ਨਹੀਂ ਉਹਨਾਂ ਨੂੰ ਰੱਖਣਾ, ਪਰ ਉਹ ਸਲਾਬੇ ਨਹੀਂ ਹੋਣੇ ਚਾਹੀਦੇ। ਸੋ ਇਹ ਮੈਨੂੰ ਲੱਗਦਾ ਜਦੋਂ ਪੋਲੀਟੀਕਲ ਪਾਰਟੀਆਂ ਹੁਣ ਦੂਸਰੇ ਲੀਡਰ ਸ਼ਾਮਿਲ ਕਰਿਆ ਕਰਨਗੀਆਂ ਤਾਂ ਜ਼ਰੂਰ ਚੈੱਕ ਕਰਨ ਕਿ ਲੀਡਰ ਸਲਾਬੇ ਨਾ ਹੋਣ, ਦਾਗੀ ਨਾ ਹੋਣ। ਮੂਲ ਵਿਸ਼ਾ ਨਾਲ ਨਾਲ ਮੈਂ ਇਕਬਾਲ ਜੀ ਤੁਹਾਡੇ ਤੋਂ ਇੱਕ ਸਵਾਲ ਹੋਰ ਲਊਂਗਾ, ਫਿਰ ਮੈਂ ਜਟਪੁਰੀ ਸਾਹਿਬ ਔਰ ਰਾਣੂ ਜੀ ਕੋਲ ਆਊਂਗਾ। ਜਿਹੜੀ ਜਿੱਤ ਕੇਜਰੀਵਾਲ ਦੀ ਸਰਵੇਖਣਾਂ 'ਚ ਦਿਖ ਰਹੀ ਹੈ, ਜੇ ਕੇਜਰੀਵਾਲ ਮੰਨ ਲਓ ਇੰਨੀ ਥੰਬਿੰਗ ਮੈਜੋਰਿਟੀ ਨਾਲ ਜਿੱਤ ਗਏ, ਜਿੱਤ ਕਿਹਦੀ ਹੈ ਫਿਰ? ਕੇਜਰੀਵਾਲ ਦੀ ਜਿੱਤ ਹੈ ਅਤੇ ਹਾਰ ਕਿਹਦੀ ਹੈ? ਇਹ ਮੋਦੀ ਦੀ ਹਾਰ ਹੈ ਜਾਂ ਬੀਜੇਪੀ ਦੀ ਹਾਰ ਹੈ? ਨਹੀਂ ਨਹੀਂ, ਜਿੱਤ ਤਾਂ ਇਹ ਲੋਕਾਂ ਦੀ ਹੈ। ਕੇਜਰੀਵਾਲ ਦੀ ਕੀ ਹੋਇਆ ਉਹ ਹੈ, ਮਤਲਬ ਜੇ ਹੁਣ ਕੰਮ ਕੀਤੇ ਹੈ ਤਾਂ ਲੋਕਾਂ ਨੇ ਟੈਕਸ ਦਿੱਤਾ, ਲੋਕਾਂ ਦੇ ਟੈਕਸ ਦੇ ਪੈਸੇ ਨਾਲ ਉਹਨਾਂ ਦੀ ਵੈਲਫੇਅਰ ਹੋਈ ਹੈ। ਹੁਣ ਗੱਲ ਵਿਕਾਸ ਦੀ, ਵਿਕਾਸ ਆਪਾਂ ਕਿਹੜਾ ਵਿਕਾਸ ਨੂੰ ਵਿਕਾਸ ਮੰਨਦੇ? ਕਿ ਸ਼ਹਿਰਾਂ ਨੂੰ ਰੋਡ ਬਣਾ ਦੇਣੇ, ਲਾਈਟਾਂ ਲਾ ਦੇਣੀਆਂ, ਸਜਾ ਦੇਣਾ, ਫਲਾਈਓਵਰ ਬਣਾ, ਇਹ ਵਿਕਾਸ ਹੈ? ਨਹੀਂ, ਇਹ ਇਹਨੂੰ ਅਸੀਂ ਵਿਕਾਸ ਨਹੀਂ ਮੰਨਦੇ। ਵਿਕਾਸ ਹੁੰਦਾ ਆਮ ਆਦਮੀ ਦਾ ਵਿਕਾਸ, ਤੁਹਾਡੇ ਘਰ ਬੱਚਾ ਪੈਦਾ ਹੁੰਦਾ ਉਹਦੀ ਐਜੂਕੇਸ਼ਨ ਕਿਹੋ ਜਿਹੀ ਹੋਣੀ ਚਾਹੀਦੀ ਹੈ, ਤੁਹਾਡੇ ਬਜ਼ੁਰਗਾਂ ਦੀ ਹੈਲਥ ਕਿਹੋ ਜਿਹੀ ਹੋਣੀ ਚਾਹੀਦੀ ਹੈ, ਹੋਰ ਬਹੁਤ ਕੁਛ ਜੁੜਿਆ ਹੁੰਦਾ ਇਹਦੇ ਨਾਲ, ਤੁਹਾਡੇ ਬੱਚੇ ਨੂੰ ਪੜ੍ਹਾਈ ਤੱਕ, ਉਹਦੀ ਜੋਬ ਸਿਕਿਉਰਿਟੀ ਤੱਕ, ਮਤਲਬ ਗੱਲਾਂ ਹੁੰਦੀਆਂ। ਜੇ ਉਹ ਸਾਰਾ ਕੰਪਲੀਟ ਪੈਕੇਜ ਹੁੰਦਾ ਵਿਕਾਸ ਦਾ, ਵਿਕਾਸ ਇਹ ਨਹੀਂ ਹੈ ਵੀ ਸ਼ਹਿਰਾਂ ਨੂੰ ਚਮਕਾ ਦਿਓ, ਜਿਵੇਂ ਕਾਂਗਰਸ ਅਤੇ ਬੀਜੇਪੀ ਨੇ ਕੀ ਕੀਤਾ, ਇਹਨਾਂ ਨੇ ਇੰਡੀਆ ਦਾ ਵਿਕਾਸ ਕੀਤਾ। ਅਸੀਂ ਭਾਰਤ ਦਾ ਵਿਕਾਸ ਕਰ ਰਹੇ ਹਾਂ, ਭਾਰਤ 'ਚ ਹਰ ਆਦਮੀ ਆਉਂਦਾ, ਇਸ ਕਰਕੇ ਸਾਡੇ ਵਿਕਾਸ ਦਾ ਜਿਹੜਾ ਮਾਡਲ ਹੈ ਉਹ ਆਮ ਆਦਮੀ ਦੇ ਘਰ ਤੋਂ ਸ਼ੁਰੂ ਹੁੰਦਾ, ਨਾ ਕਿ ਸ਼ਹਿਰਾਂ ਤੋਂ ਸ਼ੁਰੂ ਹੁੰਦਾ। ਫਿਰ ਦੂਜੇ ਪਾਸੇ ਹਾਰ ਕਿਹਦੀ ਹੋਊਗੀ? ਹਾਰ ਇਹਦੇ 'ਚ ਦੋਨੋਂ, ਜਿਹੜਾ ਪੁਰਾਣਾ ਸੈਟਅਪ, ਪੋਲੀਟੀਕਲ ਸੈਟਅਪ, ਉਹਦੇ 'ਚ ਜਿਹੜੀ ਵੀ ਪਾਰਟੀ ਹੈ ਜੀ, ਉਹਦੇ 'ਚ ਦੋ ਪਾਰਟੀਆਂ ਨੂੰ ਮੈਂ ਮੁੱਖ ਰੱਖਦਾ ਵੀ ਬੀਜੇਪੀ ਰਹੇ ਹੋਣਗੇ, ਉਹਦੇ 'ਚ ਅਕਾਲੀ ਦਲ ਵੀ, ਹੋਰ ਰੀਜਨਲ ਪਾਰਟੀਆਂ ਵੀ ਉਸੇ ਪੈਟਰਨ, ਸਾਰੇ ਇੰਡੀਆ ਦਾ ਪੈਟਰਨ ਚੇਂਜ ਹੋ ਜਾਊਗਾ ਪੂਰਾ, ਉਹਨਾਂ ਨੂੰ ਡਿਵੈਲਪਮੈਂਟ ਦੇ ਏਜੰਡੇ 'ਤੇ ਆਉਣਾ ਪਊਗਾ। ਪਰ ਇੱਕ ਸਵਾਲ ਛੋਟਾ ਜਿਹਾ, ਕਿਉਂਕਿ ਦੂਜੇ ਪਾਸੇ ਮੋਦੀ ਦਾ ਚਿਹਰਾ ਸੀ, ਇੱਕ ਪਾਸੇ ਕੇਜਰੀਵਾਲ ਦਾ ਚਿਹਰਾ ਸੀ, ਕਿਤੇ ਨਾ ਕਿਤੇ ਚਿਹਰਿਆਂ ਦੀ ਲੜਾਈ ਤਾਂ ਸੀ। ਬਿਲਕੁਲ, ਚਿਹਰਿਆਂ ਦੀ ਲੜਾਈ ਸੀ। ਮੋਦੀ ਨੂੰ ਵੀ ਦੇਖੋ, ਤੁਹਾਨੂੰ ਲੱਲਾ ਜੀ ਯਾਦ ਹੋਊਗਾ, ਮੋਦੀ ਜੀ ਨੂੰ ਕਿਉਂ ਅਸੀਂ ਲੈ ਕੇ ਆਏ ਸੀਗੇ? ਸਾਡੇ ਦੇਸ਼ ਦੇ ਲੋਕਾਂ ਨੇ ਵੋਟਾਂ ਕਿਉਂ ਪਾਈਆਂ ਸੀ? ਗੁਜਰਾਤ ਮਾਡਲ ਉਹ ਪੇਸ਼ ਕਰਦਾ ਸੀ, ਕੋਈ ਗੁਜਰਾਤ 'ਚ ਮੈਂ ਡਿਵੈਲਪਮੈਂਟ ਬਹੁਤ ਕਰਾਈ, ਉਦੋਂ ਦਾ ਧਰਮ ਦਾ ਪਤਾ ਨਹੀਂ ਸੀ ਨਾ ਉਹਦੇ ਕੋਲ, ਡਿਵੈਲਪਮੈਂਟ ਨੂੰ ਵੋਟ ਪਾਈ ਸੀ, ਉਹ ਤੋਂ ਬਾਅਦ ਜਦੋਂ ਉਹਨੂੰ ਨਾ ਕੰਮ ਕਰ ਸਕੇ ਫਿਰ ਆਹ ਧਰਮ ਦਾ ਪਤਾ ਖੇਡ ਲਿਆ ਉਹਨਾਂ ਨੇ। ਪਰ ਲੋਕ ਹੁਣ ਇਹ ਚੱਕਰਾਂ 'ਚ ਨਹੀਂ ਫਸਦੇ, ਇਸ ਕਰਕੇ ਮੋਦੀ ਦੀ ਹਾਰ ਹੈ, ਸਿੱਧੀ ਉਸ ਦੀ। ਮੈਂ ਤਾਂ ਇਹ ਕਹੂੰਗਾ, ਮੋਦੀ ਜੀ ਡਿਵੈਲਪਮੈਂਟ ਦੇ ਏਜੰਡੇ ਤੋਂ ਸਲਿੱਪ ਹੋ ਗਏ, ਧਰਮ ਦੇ ਏਜੰਡੇ ਤੇ ਗਏ ਸੀਗੇ, ਤੇ ਹੁਣ ਦੁਬਾਰੇ ਡਿਵੈਲਪਮੈਂਟ ਦੇ ਏਜੰਡੇ ਤੇ ਆਉਂਗੇ ਤਾਂ ਫੈਟ ਕਰ ਪਾਉਣਗੇ ਕੇਜਰੀਵਾਲ, ਨਹੀਂ ਅਦਰਵਾਈਜ਼ ਰੋਲ ਦੂਗਾ ਕੇਜਰੀਵਾਲ ਇਹ ਸਭ ਬੰਦਾ। ਬਹੁਤ ਵੱਡਾ ਰਾਣੂ ਜੀ ਤੁਹਾਡੇ ਕੋਲ ਆਉਣਾ, ਬਹੁਤ ਵੱਡਾ ਸਵਾਲ ਇਕਬਾਲ ਜੀ ਨੇ ਵੀ ਚੱਕਤਾ ਕਿ ਗੁਜਰਾਤ ਮਾਡਲ ਕਰਕੇ ਹੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਹੋਈ ਸੀ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਹੁਣ ਜਿਹੜੀ ਰਣਨੀਤੀ ਬੀਜੇਪੀ ਨੇ ਅਖਤਿਆਰ ਕੀਤੀ ਹੈ, ਜੇ ਦਿੱਲੀ 'ਚ ਬੀਜੇਪੀ ਨਹੀਂ ਜਿੱਤ ਸਕਦੀ, ਜੇ 10 ਸੀਟਾਂ ਵੀ ਮੈਂ ਕਹਿੰਦਾ 25 ਸੀਟਾਂ ਵੀ ਜੇ ਬੀਜੇਪੀ ਲੈ ਜਾਂਦੀ ਹੈ, ਕਿ ਉਹ ਬੀਜੇਪੀ ਦੀ ਜਿੱਤ ਹੋਊਗੀ? ਜੇ ਹਾਰ ਹੋਊਗੀ ਤਾਂ ਤੁਹਾਡੀ ਨਜ਼ਰ 'ਚੋਂ ਕਿਹਦੀ ਹਾਰ ਹੋਊਗੀ, ਭਾਜਪਾ ਦੀ ਹਾਰ ਹੋਊਗੀ ਜਾਂ ਨਰਿੰਦਰ ਮੋਦੀ ਦੀ? ਦੇਖੋ, ਇਹ ਜਿਹੜੀ ਸਰਕਾਰ ਚੱਲ ਰਹੀ ਹੈ ਕੇਂਦਰ ਦੇ ਵਿੱਚ, ਇਹ ਇਕੱਲੇ ਮੋਦੀ ਦੀ ਪੋਲਿਸੀਜ਼ 'ਤੇ ਨਹੀਂ ਚੱਲ ਰਹੀ ਨਾ ਜੀ, ਇਹਦੇ ਪਿੱਛੇ ਪੋਲਿਸੀਜ਼ ਬਣਾਉਣ ਵਾਲੇ ਕੌਣ ਨੇ? ਪੋਲਿਸੀ ਮੇਕਰਸ ਇੱਕ ਬੜੀ ਐਸੀ ਸੰਪਰਦਾਇਕ ਤਾਕਤ ਹੈ RSS, ਜਿਹੜੀ ਇਸ ਮੁਲਕ ਨੂੰ ਚਲਾ ਰਹੀ ਹੈ, ਬੀਜੇਪੀ ਨੂੰ ਚਲਾ ਰਹੀ ਹੈ। ਅਗਰ ਉਹਨਾਂ ਦੀਆਂ ਪੋਲਿਸੀਜ਼ ਨੂੰ ਲੈ ਕੇ ਕੋਈ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਉੱਭਰ ਰਿਹਾ ਜਾਂ ਉਹਦਾ ਕੋਈ ਵਿਰੋਧ ਹੋ ਰਿਹਾ, ਤਾਂ ਨੈਚੁਰਲ ਹੈ ਉਸ ਪੋਲਿਸੀਜ਼ ਦਾ ਇਫੈਕਟ ਜਿਹੜਾ ਹੈਗਾ ਉਹਦੀ ਸਰਕਾਰ 'ਤੇ ਵੀ ਪਏਗਾ। ਇਹ ਜਿਹੜੀ ਹਾਰ ਹੋਏਗੀ, ਇਹ ਹਾਰ ਬੀਜੇਪੀ ਦੀ ਹਾਰ ਮੰਨੀ ਜਾਏਗੀ, ਔਰ ਨਾਲ ਨਾਲ ਓਬਵੀਅਸਲੀ ਅਗਰ ਮੋਦੀ ਸਾਹਿਬ ਨੂੰ ਉਹਨਾਂ ਨੇ ਰੋਲ ਮਾਡਲ ਬਣਾ ਕੇ ਪੇਸ਼ ਕੀਤਾ ਹੋਇਆ ਇੱਕ, ਅਤੇ ਉਹਨਾਂ ਦੀਆਂ ਰੈਲੀਆਂ ਵੀ ਕਰਾਈਆਂ ਨੇ, ਤਾਂ ਮੋਦੀ ਸਾਹਿਬ ਦੀ ਵੀ ਹਾਰ ਹੈ ਇਹਦੇ 'ਚ। ਅਤੇ ਇੱਕ ਮੈਂ ਗੱਲ ਜ਼ਰੂਰ ਤੁਹਾਡੀ ਦੁਬਾਰਾ ਕਰਨੀ ਚਾਹੁੰਦਾ, ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਤੁਸੀਂ ਉਭਾਰੇ ਗਏ ਸੀ ਉਹ ਠੁੱਸ ਪਟਾਕੇ ਸੀ ਜਾਂ ਇੱਦਾਂ ਦੀ ਗੱਲ ਤੁਸੀਂ ਕਹੀ, ਮੈਂ ਉੱਥੇ ਇਹ ਗੱਲ ਕਹਾਂਗਾ ਕਿ ਉਹ ਠੁੱਸ ਪਟਾਕੇ ਨਹੀਂ ਸਨ ਜੀ, ਉਹ ਪਟਾਕੇ ਉਹ ਸਨ ਜਿਹੜੇ ਕਿ ਓਵਰ ਓਵਰ ਐਂਬੀਸ਼ੀਅਸ ਸਨ। ਜਿੱਦਾਂ ਅਨਾਰ ਆਪਾਂ ਚਲਾਉਂਦੇ ਹਾਂ ਵੀ ਇਹ ਰੰਗ ਦੇਗਾ, ਅਨਾਰ ਚੱਲ ਰਿਹਾ, ਪਰ ਉਹ ਅਨਾਰ ਜੇ ਪੜਾਕਾ ਮਾਰ ਜਾਵੇ ਹੱਥ ਦੇ ਵਿੱਚ, ਜਲ ਜਾਵੇ, ਜਲ ਜਾਵੇ, ਤਾਂ ਆਪਾਂ ਨੈਚੁਰਲ ਵੀ ਗੈਟ ਬਰਨਟ, ਸੜ ਜਾਂਦਾ ਖਤਰਾ। ਤੇ ਉਹ ਜਿਹੜੇ ਓਵਰ ਐਂਬੀਸ਼ੀਅਸ ਲੀਡਰ ਸੀਗੇ ਨਾ, ਉਹ ਮੁੱਖ ਮੰਤਰੀ ਦੀ ਕੁਰਸੀ ਤੇ ਫੋਕਸ ਕਰਦੇ ਸੀ। ਹਰ ਵਿਅਕਤੀ ਜੇ ਆਮ ਆਦਮੀ ਪਾਰਟੀ ਦਾ ਹਰ ਲੀਡਰ ਜੇ ਇਹ ਸੋਚ ਕੇ ਚੱਲੇ ਨਾ, ਮੈਂ ਤਾਂ ਇਹਦੇ 'ਤੇ ਟਵੀਟ ਵੀ ਕੀਤਾ ਸੀ ਔਰ ਮੇਰਾ ਫੇਸਬੁੱਕ 'ਤੇ ਵੀ ਮੈਂ ਕਮੈਂਟ ਪਾਇਆ ਸੀਗਾ ਕਿ ਅਗਰ ਆਮ ਆਦਮੀ ਪਾਰਟੀ ਦੇ ਲੀਡਰ ਮੁੱਖ ਮੰਤਰੀ ਦੀ ਚਾਹਨਾ ਛੱਡ ਦੇਣ ਤਾਂ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣ ਗਊ। ਮੈਂ ਅੱਜ ਵੀ ਕਹਿੰਦਾ ਬੈਠੇ ਨੇ ਇਕਬਾਲ ਜੀ ਕਿ ਮੇਰਾ ਸੁਨੇਹਾ ਜ਼ਰੂਰ ਦੇ ਦਿਓ ਕੇਜਰੀਵਾਲ ਜੀ ਤੱਕ ਕਿ ਜੇ ਤੁਸੀਂ ਪੰਜਾਬ 'ਚ ਰਾਜ ਕਰਨਾ ਜਾਂ ਸਰਕਾਰ ਬਣਾਉਣੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੈ ਜਾਂ ਤਾਂ ਡਿਕਲੇਅਰ ਕਰ ਦਿਓ ਵੀ ਚੀਫ ਮਿਨਿਸਟਰ ਫਲਾਨਾ ਹੋਊਗਾ, ਤਾਂ ਕਿ ਬਾਕੀ ਜਿਹੜੇ ਨੇ ਆਪਣੇ ਆਪ ਟਿਕ ਜਾਣ ਜਾਂ ਝੜ ਜਾਣ, ਜਿਹਨਾਂ ਨੇ ਭੱਜਣਾ ਉਹ ਭੱਜ ਜਾਣ ਤੁਹਾਡੇ ਨਾਲ ਨਾ ਰਹਿਣ, ਜਾਂ ਫਿਰ ਉਹ ਤੁਸੀਂ ਜਿਹੜਾ ਚੀਫ ਮਿਨਿਸਟਰ ਬਣਾਉਣਾ ਉਹਦੇ ਬਾਰੇ ਸਾਰਿਆਂ ਨੂੰ ਉਹ ਜਿਹੜੀ ਓਵਰ ਐਂਬੀਸ਼ੀਅਸਨੈਸ ਹੈ ਉਹ ਉਹਨਾਂ ਦੀ ਖਤਮ ਕੀਤੀ ਜਾਵੇ। ਬਿਲਕੁਲ, ਇਹ ਮੇਰੀ ਇੱਕ ਅਪੀਲ ਹੈ। ਫੈਕਟ ਬਾਹਰ ਆ ਜੀ ਜੀ, ਚਲੋ ਜਗਬੁਰੀ ਸਾਹਿਬ ਤੁਹਾਡੇ ਤੋਂ ਵੀ
ਦੇਖੋ ਜੀ ਮੋਦੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਮੋਦੀ ਦਾ ਚਿਹਰਾ ਅੱਗੇ ਰੱਖ ਕੇ ਬੀਜੇਪੀ ਵਾਲੇ ਗਏ ਜੀ 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 ਅਮਿਤ ਸ਼ਾਹ ਵੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਲੈ ਕੇ ਗਏ ਹਰ ਜਗ੍ਹਾ ਠੀਕ ਹੈ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਤੰਕਵਾਦੀ ਵੀ ਕਿਹਾ ਬੀਜੇਪੀ ਦੇ ਕਈ ਲੀਡਰਾਂ ਨੇ ਉੱਥੇ ਕਈ ਤਰੀਕੇ ਦੇ ਤੱਤੇ ਨਾਅਰੇ ਵੀ ਲੱਗੇ ਜਿਹੜੇ ਨਹੀਂ ਲੱਗਣੇ ਚਾਹੀਦੇ ਸੀ ਮੰਤਰੀਆਂ ਵੱਲੋਂ ਨਹੀਂ ਕਿਹਾ ਜਾਣਾ ਸੀ ਅਜਿਹਾ ਕੁਛ ਪਰ ਅਰਵਿੰਦ ਕੇਜਰੀਵਾਲ ਨੂੰ ਆਤੰਕਵਾਦੀ ਵੀ ਕਿਹਾ ਇੰਨਾ ਕੁਛ ਕਹਿਣ ਦੇ ਬਾਵਜੂਦ ਜੇ ਅਰਵਿੰਦ ਕੇਜਰੀਵਾਲ ਜਿੱਤ ਜਾਂਦਾ ਤੇ ਦੂਜੇ ਪਾਸੇ ਹਾਰ ਕਿਹਦੀ ਹੈ ਦੇਖੋ ਜੀ ਪਹਿਲਾਂ ਜੇ ਜਿੱਤਾ ਜੀ ਉਹਦੀ ਕੇਜਰੀਵਾਲ ਦੇ ਕੰਮਾਂ ਦੀ ਜਿੱਤ ਹੈਗੀ ਆ ਜਿਹਨੂੰ ਕਿ ਲੋਕ ਜਿਹੜੇ ਹੈਗੇ ਆ ਜਿਹੜਾ ਜਿਹਦਾ ਉਹ ਕਹਿੰਦੇ ਹੁੰਦੇ ਆ ਅਸਰ ਜਿਹੜਾ ਹੈਗਾ ਪੰਜਾਬ 'ਤੇ ਵੀ ਜਿਹੜੀ 2 ਸਾਲ ਬਾਅਦ ਹੋਣੀ ਆ ਉਹਦਾ ਪੈਣਾ ਜ਼ਰੂਰ ਪੈਣਾ ਵਾ ਅਤੇ ਜਿਹੜੀ ਹਾਰ ਆ ਹਾਰ ਤਾਂ ਆਟੋਮੈਟਿਕਲੀ ਜਿਹੜੀ ਨੀਤੀ ਘਾੜੇ ਨੇ ਜਿਹੜੇ ਬੀਜੇਪੀ ਨੂੰ ਚਲਾ ਰਹੇ ਆ ਮੋਦੀ ਨੂੰ ਚਲਾ ਰਹੇ ਆ ਮੋਦੀ ਦੇ ਹੱਥ ਦੇ ਵਿੱਚ ਕੁਛ ਵੀ ਨਹੀਂ ਅਕਬਾਲ ਜੀ ਦੱਸ ਕੇ ਹਟਿਆ ਪਹਿਲਾਂ ਇਹਨਾਂ ਨੇ ਰੋਲ ਮਾਡਲ ਲੈ ਕੇ ਆਉਂਦਾ ਦੂਜਾ ਗੁਜਰਾਤ ਦਾ ਅਤੇ ਫਿਰ ਜਿਹੜਾ ਹੈਗਾ ਧਰਮ ਦਾ ਆਇਆ ਉਸ ਤੋਂ ਬਾਅਦ ਵੀ ਹੁਣ ਜਿਹੜਾ ਕੀ ਪਤਾ ਨਵਾਂ ਜਿਹੜਾ ਹੈਗਾ ਕੀ ਆਏਗਾ ਕਿਉਂਕਿ ਪਹਿਲਾਂ ਪੁਲਵਾਮਾ ਦਾ ਘਟਨਾ ਵਾਪਰੀ ਉਸ ਸਮੇਂ 370 ਦੀ ਪਰ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹਿ ਦੇਣਾ ਆਤੰਕਵਾਦੀ ਕਹਿ ਦੇਣਾ ਜੀ ਉਹ ਤਾਂ ਕੀ ਇਹ ਗਲਤੀ ਕਰ ਗਈ ਬੀਜੇਪੀ ਉਹੀ ਜਿਵੇਂ ਇਹਨਾਂ ਨੇ ਗੱਲ ਕੀਤੀ ਬੀਜੇਪੀ ਗਲਤ ਸ਼ਬਦ ਵਰਤ ਗਈ ਅਤੇ ਫਿਰ ਦੁਬਾਰਾ ਉਹਦੇ ਤੋਂ ਵਾਪਸ ਨਹੀਂ ਉਹਨੇ ਸਟੈਂਡ ਵਾਪਸ ਲਿਆ ਦੇਖੋ ਜੀ ਵੈਸੇ ਉੱਥੇ ਦਾ ਜਿਹੜਾ ਦਿੱਲੀ ਦੇ ਜਿਹੜੇ ਲੋਕ ਆ ਨਾ ਉਹ ਥੋੜ੍ਹਾ ਜਿਹਾ ਦੂਜੀਆਂ ਸਟੇਟਾਂ ਦੇ ਨਾਲੋਂ ਜਿਹੜੇ ਹੈਗੇ ਆ ਐਡਵਾਂਸ ਨੇ ਕਿਉਂਕਿ ਰਾਜਧਾਨੀ ਹੈ ਦੇਸ਼ ਦੀ ਉੱਥੇ ਇੱਕ ਡਾਕਟਰ ਸਾਹਿਬ ਦੱਸ ਕੇ ਹਟਿਆ ਵੀ ਜਿਹੜਾ ਰਿਕਸ਼ਾ ਚਲਾਉਣ ਵਾਲਾ ਵੀ ਆਟੋ ਵਾਲਾ ਵੀ ਉਹ ਵੀ ਰਾਜਨੀਤੀ ਦੀ ਸਮਝ ਰੱਖਦਾ ਅਤੇ ਔਰ ਸਮਝ ਤਾਂ ਪੰਜਾਬ 'ਚ ਵੀ ਰੱਖਦਾ ਅਸੀਂ ਪੰਜਾਬ 'ਚ ਉਹਨਾਂ ਨੂੰ ਤਵੱਜੋ ਘੱਟ ਦਿੰਦੇ ਹਾਂ ਨਹੀਂ ਜੀ ਪੰਜਾਬ ਦੇ ਲੋਕ ਉਹਦਾ ਦਿੱਲੀ ਦਾ ਨਹੀਂ ਲੱਕੜ ਦੇ ਭੁਲੱਕੜ ਨੇ ਉਸ ਸਮੇਂ ਜਿਹੜੀ ਹੈਗੀ ਆ ਜਾਂ ਤੇ ਇੱਥੇ ਬੜੇ ਉਹ ਚੱਲ ਰਹੇ ਆ ਹੁਣ ਨੋਟਾਂ ਦਾ ਮੀਂਹ ਵਰ ਜਾਂਦੇ ਆ ਉਹਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕਿੰਨੀ ਦੇ ਲੋਕ ਕਿੰਨੇ ਕਰੋੜ ਕਿੰਨੇ ਸੌ ਕਰੋੜ ਫੜੇ ਸੀ ਜਿਹੜੇ ਪਿਛਲੀ ਇਲੈਕਸ਼ਨ ਦੇ ਵਿੱਚ ਚੋਣ ਕਮਿਸ਼ਨ ਨੇ ਜਦੋਂ ਬੈਨ ਕੀਤੇ ਨੇ ਜਿਹੜਾ ਵੀ ਨੋਟਾਂ 'ਤੇ ਪਾਬੰਦੀ ਲਾਈ ਆ ਅਤੇ ਪਰ ਕਾਰਨ ਇਹ ਆ ਵੀ ਜਿਹੜਾ ਪੰਜਾਬ 'ਤੇ ਵੀ ਜਿਹੜਾ ਉਹਦਾ ਅਸਰ ਪਏਗਾ ਪਰ ਕਾਰਨ ਇਹ ਆ ਵੀ ਜਿਹੜੀ ਹੁਣ ਆਪਾਂ ਪੰਜਾਬ ਦੀ ਦੇਖਿਆ ਜਾਵੇ ਰਾਜਨੀਤੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਇਹ ਅਜੇ ਤੱਕ ਭਾਵੇਂ 2 ਸਾਲ ਪਏ ਆ ਗਰਾਊਂਡ ਲੈਵਲ 'ਤੇ ਕੰਮ ਨਹੀਂ ਕਰ ਸਕੀ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਕਿ ਜਿਹੜੇ ਕਿ ਤ੍ਰੇੜਾਂ ਪੈ ਗਈਆਂ ਪਹਿਲਾਂ ਹੀ ਜਿਹੜੇ 5-6 ਜਿਹੜੇ MLA ਉਹ ਪਹਿਲੇ ਬਗਾਵਤ ਕਰੇ ਹੋਏ ਆ ਜਿਹੜੇ ਕਿ ਅਜੇ ਤੱਕ ਵਿਧਾਨ ਸਭਾ ਦੇ ਸਪੀਕਰ ਕੋਲ ਜਿਹੜਾ ਚੱਲ ਰਿਹਾ ਕੇਸ ਜਿਹੜਾ ਉਹਨਾਂ ਦੀ ਅਸਤੀਫਿਆਂ ਦਾ ਜਿਹੜਾ ਹਾਈ ਕੋਰਟ ਨੇ ਵੀ ਇਹਨੂੰ ਭਾਵੇਂ ਸਪੀਕਰ ਨੂੰ ਖਿੱਚਿਆ ਵਾ ਵੀ ਜਿਹੜੇ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਵੀ ਕਿਉਂ ਨਹੀਂ ਕਰਦੇ ਜਿਹੜੇ ਤੁਸੀਂ ਲਟਕਾਉਣੇ ਕਿਉਂ ਆ ਅਤੇ ਪਰ ਵੀ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਆ ਹਾਈ ਕੋਰਟ ਨੇ ਕਿੱਥੋਂ ਦੀ ਸੀ ਹਾਈ ਕੋਰਟ ਡਾਕਟਰ ਸਾਹਿਬ ਉਹ ਤਾਮਿਲਨਾਡੂ ਦੀ ਸੀ ਸ਼ਾਇਦ ਉਹਨਾਂ ਨੇ ਹਾਈ ਕੋਰਟ ਨੇ ਇੱਕ ਉਦਾਹਰਨ ਦਿੱਤੀ ਹੈ ਵੀ ਜਿਹੜੇ ਜੇ ਇਹ ਜੇ ਸਾਨੂੰ ਦੇ ਜੇ ਅਸੀਂ ਕਰੀਏ ਤਾਂ 24 ਘੰਟੇ ਦੇ ਵਿੱਚ ਜਿਹੜਾ ਹੈਗਾ ਕਿ ਫਾਈਨਲ ਕਰ ਸਕਦੇ ਹਾਂ ਅਸਤੀਫਿਆਂ ਬਾਰੇ ਵੀ ਤੁਸੀਂ ਲਟਕਾ ਕਿਉਂ ਰਹੇ ਹੋ ਜੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹੁਣ ਆਪਾਂ ਜਿਹੜੀ ਬੀਜੇਪੀ ਦੀ ਗੱਲ ਸੋਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿਵੇਂ ਹੁਣ ਫਿਲਹਾਲ ਭਾਵੇਂ ਖਹਿਰੇ ਹੁਣੀ ਆਪਣਾ ਵੱਖ ਬਾਹਰ ਨਿਕਲ ਚੁੱਕੇ ਹੁਣ ਬਾਹਰ ਨਿਕਲ ਚੁੱਕੇ ਆ ਇਹ ਜਿਹੜੇ ਬੈਂਸ ਬ੍ਰਦਰ ਆ ਉਹ ਜਿਹੜੇ ਅਲਾਇੰਸ ਆ ਤੋੜ ਚੁੱਕੇ ਨੇ ਅਤੇ ਪਰ ਫਿਰ ਵੀ ਜਿਹੜੀ ਆਮ ਆਦਮੀ ਪਾਰਟੀ ਪਰ ਬੈਂਸ ਨੂੰ ਫੀਲ ਬੜਾ ਹੋਇਆ ਜਦੋਂ ਭਾਜਪਾ ਨੇ ਜੀ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਦੱਸਿਆ ਇਲਜ਼ਾਮ ਲਾਇਆ ਤੇ ਸਿਮਰਜੀਤ ਬੈਂਸ ਨੇ ਗੁੱਸਾ ਮਨਾਇਆ ਉਹਦਾ ਬਿਆਨ ਵੀ ਹੈਗਾ ਇੱਕ ਵਾਰੀ ਜੇ ਡਰ ਲੱਗਿਆ ਤਾਂ ਅਸੀਂ ਚਲਾ ਵੀ ਦੇਵਾਂਗੇ ਬੈਂਸ ਨੇ ਵੀ ਇਸ ਗੱਲ ਦਾ ਗੁੱਸਾ ਮਨਾਇਆ ਮੇਰਾ ਸਵਾਲ ਇਹ ਦੇਖੋ ਜੀ ਪੋਲੀਟੀਸ਼ੀਅਨ ਆ ਬੈਂਸ ਉਹਨਾਂ ਨੇ ਉਹਨਾਂ ਨੂੰ ਜਿਹੜੀ ਬੀਜੇਪੀ ਦੀ ਰਾਸ਼ਟਰਪਤੀ ਵੋਟ ਪਾਈ ਆ ਬੈਂਸ ਬ੍ਰਦਰ ਨੇ ਜਿਹੜੇ ਦੋਨੇ ਭਰਾਵਾਂ ਨੇ ਬੀਜੇਪੀ ਨੂੰ ਵੋਟ ਪਾਈ ਆ ਇਹਦਾ ਮਤਲਬ ਹੈ ਬੈਂਸ ਉਹਨੇ ਵੀ ਕਿਤੇ ਇਹ ਮਹਿਸੂਸ ਕਰਨ ਲੱਗ ਗਏ ਵੀ ਜੇ ਕੇਜਰੀਵਾਲ ਦਿੱਲੀ 'ਚ ਜਿੱਤਦਾ ਜੀ ਤੇ ਪੰਜਾਬ 'ਚ ਵਿਰੋਧ ਚੱਲਣਾ ਨਹੀਂ ਮੈਂ ਉਹੀ ਉੱਥੇ ਆਉਣਾ ਜੀ ਦੇਖੋ ਜੇ ਹੁਣ ਆਪਾਂ ਜਿਹੜੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਆਪਾਂ ਡਾਕਟਰ ਸਾਹਿਬ ਪਹਿਲੇ ਹੀ ਕਹਿ ਕੇ ਹਟੇ ਆ ਡਾਕਟਰ ਰਾਣੂ ਜੀ ਵੀ ਜ਼ਿਆਦਾ ਮੁੱਖ ਮੰਤਰੀ ਦਾ ਚਿਹਰਾ ਲੈ ਆਉਣ ਵੀ ਆਹ ਸਾਡਾ ਮੁੱਖ ਮੰਤਰੀ ਆ ਵੀ ਜਿਵੇਂ ਦਿੱਲੀ ਦੇ ਵਿੱਚ ਪਤਾ ਸੀ ਸਭ ਨੂੰ ਕੇਜਰੀਵਾਲ ਜਿਹੜਾ ਹੈ ਮੁੱਖ ਮੰਤਰੀ ਆ ਅਤੇ ਦੂਜੀਆਂ ਪਾਰਟੀਆਂ ਮੁੱਖ ਮੰਤਰੀ ਦਾ ਆਪਣਾ ਚਿਹਰਾ ਨਹੀਂ ਦੇ ਸਕੀਆਂ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਮੁੱਖ ਮੰਤਰੀ ਦਾ ਚਿਹਰਾ ਦੇ ਕੇ ਲਿਆਉਣਾ ਪੈਣਾ ਅਤੇ ਜਾਂ ਫਿਰ ਇਹ ਉਹਨਾਂ ਨੂੰ ਲਾਲਸਾ ਜਿਹੜੀ ਹੈਗੀ ਆ ਕੁਰਸੀ ਦੀ ਛੱਡਣੀ ਚਾਹੀਦੀ ਹੈ ਵੀ ਜਿਹਨੂੰ ਮਰਜ਼ੀ ਟਿਕਟ ਦੇਣ ਪਾਰਟੀ ਜਿਹੜਾ ਹੈਗਾ ਜਿਤਾਵੇ ਜਿਵੇਂ ਹੁਣ ਮੇਰਾ ਛੋਟਾ ਛੋਟਾ ਸਵਾਲ ਆਖਰੀ ਆ ਇੱਕ ਇੱਕ ਸਵਾਲ ਲਊਂਗਾ ਜੀ ਮੈਂ ਜੀ ਜੀ ਜਗਪੁਰੀ ਸਾਹਿਬ ਸਪਸ਼ਟ ਉੱਤਰ ਚਾਹੁੰਦਾ ਜੀ ਕੇਜਰੀਵਾਲ ਨੂੰ ਅੱਤਵਾਦੀ ਕਹਿਣਾ ਕਿ ਬੀਜੇਪੀ ਅਗਰ ਹਾਰ ਜਾਂਦੀ ਹੈ ਪੁਨਰ ਵਿਚਾਰ ਕਰੂਗੀ ਵੀ ਅਸੀਂ ਦੁਬਾਰਾ ਕਿਸੇ 'ਤੇ ਪੋਲੀਟੀਕਲ ਅਟੈਕ ਇਸ ਤਰ੍ਹਾਂ ਦਾ ਨਹੀਂ ਕਰਨਾ ਜਾਂ ਬੀਜੇਪੀ ਫਿਰ ਇਸੇ ਅਟੈਕ 'ਤੇ ਅੱਗੇ ਵਧੂਗੀ ਪੰਜਾਬ 'ਚ ਵੀ ਜਦੋਂ ਮੁੱਖ ਮੰਤਰੀ ਵੀ ਬਣ ਗਿਆ ਕੇਜਰੀਵਾਲ ਤਾਂ ਬੀਜੇਪੀ ਇਸੇ ਤਰ੍ਹਾਂ ਦੇ ਹਮਲੇ ਜਾਰੀ ਰੱਖੂਗੀ ਜਾਂ ਬੀਜੇਪੀ ਨੂੰ ਆਪਣੀ ਭੁੱਲ ਸੁਧਾਰਨੀ ਚਾਹੀਦੀ
ਦੇਖੋ ਜੀ ਬੀਜੇਪੀ ਨੂੰ ਜਿਹੜੀ ਹੈਗੀ ਆ, ਜਿਵੇਂ ਉਹਨਾਂ ਨੂੰ ਦਿੱਲੀ 'ਤੇ ਆਸ ਸੀਗੀ ਵੀ ਸਾਡੇ ਜਿਹੜੇ ਹੈਗੇ ਆ ਅਸੀਂ ਦਿੱਲੀ ਦੇ ਵਿੱਚ ਦੁਬਾਰਾ ਲੈ ਕੇ ਆ ਜਾਵਾਂਗੇ ਜੀ, ਅਤੇ ਪਰ ਉਹਦੇ 'ਚ ਜਿਹੜਾ ਹੁਣ ਉਹਨਾਂ ਨੂੰ ਇਹ ਸ਼ਾਇਦ ਯਾਦ ਵੀ ਨਹੀਂ ਹੋਣਾ ਵੀ ਜਿਹੜਾ ਅੱਤਵਾਦੀ ਕਹਿਣ ਦੇ ਨਾਲ ਕਿੱਡਾ ਵੱਡਾ ਜਿਹੜਾ ਹੈਗਾ ਉਹ ਫੈਲੇਗਾ, ਨਫ਼ਰਤ ਫੈਲੇਗੀ ਲੋਕਾਂ ਦੇ ਵਿੱਚ, ਉਹ ਸੰਗਤੀ ਹੋਰ ਰੋਹ ਪ੍ਰਚੰਡ ਹੋ ਗਿਆ ਜਿਹੜਾ, ਕਿਉਂਕਿ ਲਾਸਟ ਟਾਈਮ ਤੁਹਾਨੂੰ ਪਤਾ ਉਹ 'ਤੇ ਸ਼ਾਹੀ ਪਾਤੀ ਸੀ ਕੇਜਰੀਵਾਲ 'ਤੇ, ਉਹ ਲੋਕਾਂ ਨੇ ਬੜਾ ਉਹਨੂੰ ਮਹਿਸੂਸ ਕੀਤਾ। ਚਲੋ ਠੀਕ ਹੈ, ਤੁਹਾਡੇ ਕਹਿਣ ਦਾ ਮਤਲਬ ਹੈ ਨਹੀਂ ਕਹਿਣਾ ਚਾਹੀਦਾ? ਨਹੀਂ 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 ਕਹਿਣਾ ਨਹੀਂ ਚਾਹੀਦਾ, ਇਸ ਤਰ੍ਹਾਂ ਦੀ ਰਾਜਨੀਤੀ ਗੰਧਲੀ ਰਾਜਨੀਤੀ, ਕਿਉਂਕਿ ਆਪਣੇ ਆਪ 'ਚ ਮੈਂ ਵਾਰ ਵਾਰ ਗੱਲ ਕਰਦਾ ਇਹ ਫਿਰਕੂ ਰਾਜਨੀਤੀ ਹੈ ਕਿ ਮੈਂ ਵਾਰ ਵਾਰ ਇਹ ਗੱਲ ਕਰਦਾ, ਅੱਜ ਬੀਜੇਪੀ ਦੇ ਨੁਮਾਇੰਦੇ ਨੂੰ ਸੱਦਿਆ ਨਹੀਂ, ਬੀਜੇਪੀ ਦੇ ਨੁਮਾਇੰਦੇ ਆਏ ਨਹੀਂ, ਪਰ ਬੀਜੇਪੀ ਦੇ ਲੀਡਰ ਜਾਂ ਉਹਨਾਂ ਦੀ ਪੋਲੀਟੀਕਲ ਪਾਰਟੀ ਭਾਵੇਂ ਦਿੱਲੀ ਦੀ ਇਕਾਈ ਹੋਵੇ, ਕੋਈ ਵੀ ਆਪਣੀ ਗੱਲ ਕਹਿਣੀ ਚਾਹੁਣ ਉਹ ਜ਼ਰੂਰ ਆਪਣਾ ਪੱਖ ਰੱਖਣ। ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਦਾ ਜ਼ਿਕਰ ਕਰ ਦਿਆਂਗੇ, ਉਹਨਾਂ ਦੀ ਗੱਲ ਵੀ ਸੁਣਾ ਦਿਆਂਗੇ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਬੀਜੇਪੀ ਇੱਕ ਗਲਤੀ ਕਰ ਗਈ, ਇਹ ਸਿਹਤਮੰਦ ਰੁਝਾਨ ਨਹੀਂ ਹੈ, ਕਿਉਂਕਿ ਜੇ ਕੇਜਰੀਵਾਲ ਜਿੱਤ ਗਿਆ ਤੇ ਫਿਰ ਕੀ ਕਿਸ ਮੂੰਹ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਨਗੇ? ਕੀ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਵੀ ਅੱਤਵਾਦੀ ਦੇ ਤੌਰ 'ਤੇ ਸੰਬੋਧਨ ਕਰਨਗੇ? ਕੀ ਸਾਡੀਆਂ ਸੰਵਿਧਾਨਿਕ ਸੰਸਥਾਵਾਂ, ਕੀ ਦਿੱਲੀ ਦੇ ਗਵਰਨਰ ਲੈਫਟੀਨੈਂਟ ਗਵਰਨਰ ਕਿਸੇ ਅੱਤਵਾਦੀ ਨੂੰ ਸਹੁੰ ਚੁਕਾਉਣਗੇ? ਸੋ ਮੈਨੂੰ ਲੱਗਦਾ ਜੇ ਉਹ ਜਿੱਤਦਾ ਕੇਜਰੀਵਾਲ ਤਾਂ ਬੀਜੇਪੀ ਨੂੰ ਆਪਣਾ ਬਿਆਨ ਇਹ ਵਾਪਸ ਲੈ ਲੈਣਾ ਚਾਹੀਦਾ, ਤਾਂ ਕਿ ਕਿਸੇ ਤਰ੍ਹਾਂ ਦਾ ਭੁਲੇਖਾ ਸਾਡੀ ਸਿਆਸਤ 'ਚ ਅੱਗਿਓਂ ਨਾ ਪਵੇ। ਤੁਹਾਡੀ ਕੋਈ ਅਪੀਲ ਜੀ ਕਰਨਾ ਚਾਹੋ, ਕੀ ਹੋਊਗਾ ਫਿਰ? ਮੈਂ ਉਹੀ ਕਹਿਣਾ ਜਾਂ ਇਹ ਮੰਨ ਲਈਏ ਵੀ ਜੇ ਲੋਕ ਦਿੱਲੀ ਦੇ ਮੁੱਖ ਮੰਤਰੀ ਜਿਤਾ ਦਿੰਦੇ ਕੇਜਰੀਵਾਲ ਨੂੰ ਤੇ ਫਿਰ ਬੀਜੇਪੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਹੀ ਨਹੀਂ, ਫਿਰ ਤਾਂ ਲੋਕਾਂ ਨੇ ਸਾਫ਼ ਕਰਤਾ ਵੀ ਕੇਜਰੀਵਾਲ ਬੜਾ ਇਮਾਨਦਾਰ ਤੇ ਚੰਗਾ ਪੁਰਖ ਹੈ। ਹਾਂ ਬਿਲਕੁਲ ਡੱਲਾ ਜੀ, ਲੋਕਤੰਤਰ 'ਚ ਲੋਕ ਹੀ ਵੱਡੇ ਹੁੰਦੇ, ਬਾਕੀ ਹੇਟ ਸਪੀਚ ਨੂੰ ਕਦੇ ਵੀ ਲਾਇਕ ਨਹੀਂ ਕੀਤਾ ਆਪਣੇ ਹਿੰਦੁਸਤਾਨ ਦੇ ਲੋਕਾਂ ਨੇ। ਪਹਿਲਾਂ ਵੀ ਦੇਖੋ ਜੇ ਮੋਦੀ ਸਾਹਿਬ ਵਾਸਤੇ ਕਾਂਗਰਸ ਨੇ ਵੀ ਜੇ ਅਪ ਸ਼ਬਦ ਬੋਲੇ ਹੈ ਤਾਂ ਕਾਂਗਰਸ ਨੂੰ ਵੀ ਖਾਮਿਆਜ਼ਾ ਦਾ ਭੁਗਤਣਾ ਪਿਆ ਨਾ, ਇਸ ਕਰਕੇ ਇਹ ਚੀਜ਼ਾਂ ਕਾਊਂਟ ਕਰਦੀਆਂ, ਅੱਗੇ ਇਹ ਹੇਟ ਸਪੀਚ ਵਾਲੀ ਪਾਲਿਸੀ ਨਹੀਂ ਚੱਲੂਗੀ, ਨਹੀਂ ਚੱਲੂਗੀ। ਚਲੋ ਰਾਣੂ ਜੀ, ਤੁਸੀਂ ਕਿਵੇਂ ਵੇਖਦੇ ਹੋ ਇਹ ਮਿਸ ਫਾਇਰ ਕਰ ਗਈ ਬੀਜੇਪੀ? ਦੇਖੋ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਮੈਂਬਰ ਮੈਡਮ ਵਿਪਲਵ ਠਾਕੁਰ ਨੇ ਸਾਫ਼ ਗੱਲ ਕਹੀ ਕਿ ਜਿਹੜੀ ਬੀਜੇਪੀ ਹੈ ਅਗਰ ਕੋਈ ਲੋਕ ਉਹਦੀ ਨੀਤੀਆਂ ਦੇ ਖਿਲਾਫ਼ ਬੋਲਦਾ ਤਾਂ ਉਹਨੂੰ ਇਹ ਦੇਸ਼ ਦਰੋਹੀ ਕਹਿ ਦਿੰਦੇ ਆ ਜੀ, ਔਰ ਜੇ ਕੋਈ ਪ੍ਰਧਾਨ ਮੰਤਰੀ ਦੇ ਖਿਲਾਫ਼ ਬੋਲਦਾ ਉਹ ਵੀ ਦੇਸ਼ ਦਰੋਹੀ ਹੈ, ਜੇ ਹੋਮ ਮਿਨਿਸਟਰ ਦੇ ਖਿਲਾਫ਼ ਬੋਲਦਾ ਉਹ ਵੀ ਦੇਸ਼ ਦਰੋਹੀ ਹੈ। ਉਹਨੇ ਦੇਸ਼ ਦਰੋਹੀ ਦੀ ਇਹਨਾਂ ਕੋਲੋਂ ਡੈਫੀਨੇਸ਼ਨ ਮੰਗੀ ਪਾਰਲੀਮੈਂਟ ਦੇ ਵਿੱਚ ਕਿ ਵੋਟ ਇਜ਼ ਜਿਹੜਾ ਹੈਗਾ ਦੇਸ਼ ਦਰੋਹੀ ਹੈ ਕੌਣ, ਇਹਦੀ ਪਰਿਭਾਸ਼ਾ ਦੱਸੀ ਜਾਵੇ। ਸੋ ਇਹ ਜਿਹੜੀ ਵਾਕਈ ਇਕਬਾਲ ਜੀ ਨੇ ਗੱਲ ਕੀਤੀ ਕਿ ਹੇਟ ਸਪੀਚ ਜਿਹੜੀ ਹੈ ਇਹ ਲੰਬਾ ਸਮਾਂ ਨਹੀਂ ਚੱਲਦੀ ਹੁੰਦੀ, ਸਿਰਫ ਇੱਕ ਪਬਲਿਕ ਮੀਟਿੰਗ ਨੂੰ ਲੁਭਾਉਣ ਦੀ ਖਾਤਰ ਜੋ ਮਰਜ਼ੀ ਬੋਲ ਦਿਓ, ਲੇਕਿਨ ਉਹਨੂੰ ਅਗਰ ਤੁਸੀਂ ਇੱਕ ਪਾਲਿਸੀ ਦੇ ਰੂਪ ਦੇ ਵਿੱਚ ਲੈ ਲਓ ਤਾਂ ਇਟਸ ਰੋਂਗ, ਗਲਤ ਹੈ। ਸਹਿਮਤੀ ਦਿੰਦੇ ਗਏ ਇੱਕ ਤੋਂ ਬਾਅਦ ਇੱਕ ਮੰਤਰੀ ਫਿਰ ਉਹਦੇ ਸਮਰਥਨ ਚਾਹੁੰਦੇ, ਇਹ ਜਿਹੜੀ ਹੇਟ ਸਪੀਚਸ ਹੀ ਨੇ ਸਾਰੀਆਂ, ਤੇ ਹੇਟ ਸਪੀਚ ਨਾਲ ਜਿਹੜੀ ਸਾਡੀ ਰਾਜਨੀਤੀ ਆ ਦੇਸ਼ ਦੀ ਇਹ ਬਹੁਤ ਗੰਧਲੀ ਹੁੰਦੀ ਜਾ ਰਹੀ ਹੈ, ਔਰ ਸਾਡੇ ਮੁਲਕ ਨੂੰ ਡਿਸਇੰਟੀਗ੍ਰੇਟ ਕਰਨ ਲਈ, ਡਿਵਾਈਡ ਕਰਨ ਵਾਸਤੇ ਇਹੋ ਜਿਹੀਆਂ ਜਿਹੜੀਆਂ ਸੰਪਰਦਾਇਕ ਤਾਕਤਾਂ ਨੇ ਉਹ ਆਪਣਾ ਰਾਜ ਸੱਤਾ ਦੇ ਵਿੱਚ ਕਾਬਜ਼ ਰਹਿਣ ਦੀ ਖਾਤਰ ਕਮਿਊਨਲ ਹੇਟਰੇਟ ਪਹਿਲੇ ਪੈਦਾ ਕਰ ਰਹੀਆਂ ਨੇ। ਸੋ ਇਸ ਚੀਜ਼ ਤੋਂ ਬਚਣ ਦੀ ਲੋੜ ਹੈ, ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਚਲੋ ਥੈਂਕ ਯੂ ਸੋ ਮਚ ਜੀ, ਵੱਖ ਵੱਖ ਵਿਚਾਰ ਨੇ ਜਿਹੜੇ, ਇਹ ਬੜਾ ਖਾਸ ਸਪੈਸੀਫਿਕ ਇਸ਼ੂ ਸੀਗੇ ਜਿਨ੍ਹਾਂ ਦੇ ਉੱਤੇ ਸਾਰਿਆਂ ਦੇ ਵਿਚਾਰ ਆ ਗਏ। ਮੈਂ ਪਹਿਲਾਂ ਵੀ ਕਿਹਾ ਬੀਜੇਪੀ ਜਾਂ ਕਾਂਗਰਸ ਵੱਲੋਂ ਕੋਈ ਪੱਖ ਰੱਖਣੇ ਚਾਹੁਣ ਤੇ ਸਾਰਿਆਂ ਦਾ ਸਵਾਗਤ ਹੈ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੜੀ ਨਿਰਪੱਖਤਾ ਦੇ ਨਾਲ ਸਾਰਿਆਂ ਦਾ ਵਿਚਾਰ ਹੈ ਜਿਹੜਾ ਉਹ ਸਾਂਝਾ ਕਰਦੇ ਹਾਂ। ਜਗਪੁਰੀ ਸਾਹਿਬ ਬਹੁਤ ਬਹੁਤ ਧੰਨਵਾਦ, ਇਕਬਾਲ ਸਿੰਘ ਜੀ ਤੁਹਾਡਾ ਵੀ ਧੰਨਵਾਦ, ਰਾਣੂ ਸਾਹਿਬ ਬਹੁਤ ਬਹੁਤ ਧੰਨਵਾਦ।